ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਈ ਭੱਟਾਂ ਦੀ ਇਹ ਮਹਾਨ ਰਚਨਾ, ਜਿਸ ਵਿੱਚ ਉਹਨਾਂ ਨੇ ਕੁੰਡਲਨੀ ਦਾ ਜ਼ਿਕਰ ਕੀਤਾ ਹੈ। ਗੁਰਮਤ ਅਨੁਸਾਰ ਕੁੰਡਲਨੀ ਕੀ ਹੈ ਔਰ ਇਸ ਦਾ ਜਾਗਣਾ ਕੀ ਹੈ, ਇਹ ਵਿਸਥਾਰ ਸਾਹਿਬਾਂ ਦੀ ਬਾਣੀ ਦੁਆਰਾ ਪ੍ਰਸਤੁਤ ਹੈ। ਕੁੰਡਲਨੀ ਇੱਕ ਐਸੀ ਸ਼ਕਤੀ, ਪਰਮ ਸ਼ਕਤੀ, ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ, ਚੇਤਨ ਸ਼ਕਤੀ ਕਹਿੰਦੇ ਨੇ, ਦੇਵ ਸ਼ਕਤੀ ਕਹਿੰਦੇ ਨੇ, ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ, ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁੰਡਲਨੀ ਪੈ ਗਿਆ। ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸੱਪਣੀ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ। ਇਸ ਸੁੱਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ ਔਰ ਬੀਨ ਦੀ ਧੁਨ 'ਤੇ ਮਸਤ ਹੋ ਕੇ ਸੁੱਤੀ ਹੋਈ ਸੱਪਣੀ ਜਾਗਦੀ ਹੈ, ਉੱਠਦੀ ਹੈ, ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂੰਹ ਵੀ ਥੱਲੇ ਹੈ, ਸੱਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਜਪ, ਤਪ, ਕੀਰਤਨ, ਸਾਧਨਾ ਦੁਆਰਾ ਜਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ 6 ਚੱਕਰਾਂ ਦੀ ਇੱਕ ਰੋਕ ਹੈ, ਜਿਨ੍ਹਾਂ ਨੂੰ ਵਿੰਨ ਕੇ ਇਹ ਸ਼ਕਤੀ ਪਹੁੰਚਦੀ ਹੈ ਆਗਿਆ ਚੱਕਰ ਤੱਕ, ਪਰਮਾਨੰਦ ਤੱਕ, ਪਰਮ ਰਸ ਤੱਕ, ਪਰਮ ਨਿਧਾਨ ਤੱਕ। ਇਹ ਸ਼ਕਤੀ ਉੱਪਰ ਉੱਠੇ ਬਣਦੀ ਹੈ ਰਾਮ ਰਸ, ਨਾਮ ਰਸ, ਔਰ ਇਹ ਸ਼ਕਤੀ ਥੱਲੇ ਜਾਏ ਇਸੇ ਨੂੰ ਕਹਿੰਦੇ ਨੇ ਇਹ ਕਾਮ ਰਸ ਹੈ। ਜੀਵਨ ਦਾ ਪ੍ਰਵਾਹ ਥੱਲੇ ਦਾ ਵੇਗ ਕਾਮ ਰਸ ਹੈ, ਜੀਵਨ ਦੇ ਪ੍ਰਵਾਹ ਦਾ ਉੱਪਰ ਦਾ ਵੇਗ ਨਾਮ ਰਸ ਹੈ, ਰਾਮ ਰਸ ਹੈ। ਸ਼ਕਤੀ ਇਹ ਜਾਗੇ ਕਿਵੇਂ? ਵਾਹਿਗੁਰੂ, ਵਾਹਿਗੁਰੂ ਦਾ ਚਿੰਤਨ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਗੁਰਬਾਣੀ ਦਾ ਪਾਠ, ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ। ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲ ਆਧਾਰ। ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਹਨੂੰ ਕਹਿੰਦੇ ਨੇ ਸਵਦਿਸ਼ਟਾਨ, ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸ ਨੂੰ ਕਹਿੰਦੇ ਨੇ ਮਣੀਪੁਰ, ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਜਿਸ ਦਾ ਨਾਂ ਹੈ ਆਹਤ ਅਨਾਹਤ ਚੱਕਰ। ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪੈ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ, ਉਸ ਚੱਕਰ ਦਾ ਨਾਂ ਹੈ ਵਿਸ਼ੁੱਧ। ਸਭ ਤੋਂ ਅਖੀਰਲਾ ਚੱਕਰ ਹੈ ਆਗਿਆ ਚੱਕਰ। ਇੰਜ ਕਹਿ ਲਓ ਅਧਿਆਤਮਕ ਮੰਡਲ ਦੇ ਇਹ ਪੜਾਉ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ, ਪਰਮ ਧਾਮ ਤੱਕ ਪਹੁੰਚਣਾ ਪੈਂਦਾ, ਪਰਮ ਆਨੰਦ ਤੱਕ ਪਹੁੰਚਣਾ ਪੈਂਦਾ। ਮਨੁੱਖ ਇੱਕ ਸ਼ਕਤੀ ਹੈ, ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ ਸਕੇ ਇਸ ਤਰ੍ਹਾਂ ਦੀ ਉਸਦੇ ਅੰਦਰ ਤੀਬਰ ਇੱਛਾ ਹੈ। ਰਸ ਥੱਲੇ ਵੀ ਹੈ,
ਰਸ ਉੱਪਰ ਵੀ ਹੈ, ਰਸ ਲੋਕ ਦਾ ਵੀ ਹੈ, ਰਸ ਪਰਲੋਕ ਦਾ ਵੀ ਹੈ, ਰਸ ਸਰੀਰ ਦਾ ਵੀ ਹੈ, ਰਸ ਆਤਮਾ ਦਾ ਵੀ ਹੈ, ਰਸ ਸੰਸਾਰ ਦਾ ਵੀ ਹੈ, ਰਸ ਨਿਰੰਕਾਰ ਦਾ ਵੀ ਹੈ, ਰਸ ਥੱਲੇ ਦਾ ਵੀ ਹੈ, ਰਸ ਉੱਪਰ ਦਾ ਵੀ ਹੈ। ਪਾਣੀ ਦਾ ਵੇਗ ਥੱਲੇ ਆਪਣੇ ਆਪ ਜਾਂਦਾ ਹੈ, ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ, ਕਿਸੇ ਪ੍ਰੇਰਨਾ ਦੀ ਲੋੜ ਨਹੀਂ। ਮਨੁੱਖ ਨੂੰ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਵੀ ਤੂੰ ਕ੍ਰੋਧੀ ਬਣ ਜਾ, ਲੋਭੀ ਬਣ ਜਾ, ਕਾਮੀ ਬਣ ਜਾ, ਬੇਈਮਾਨ ਬਣ ਜਾ, ਝੂਠਾ ਬਣ ਜਾ, ਇਹ ਆਪਣੇ ਆਪ ਬਣ ਜਾਂਦਾ ਹੈ। ਸਤਵਾਦੀ ਬਣਨਾ ਹੈ, ਸੰਤੋਖੀ ਬਣਨਾ ਹੈ, ਦਿਆਲੂ ਬਣਨਾ ਹੈ, ਖਿਮਾਵਾਨ ਬਣਨਾ ਹੈ, ਸ਼ੀਲਵਾਨ ਬਣਨਾ ਹੈ, ਤੋਂ ਫਿਰ ਉੱਦਮ ਉਪਰਾਲੇ ਅਤੇ ਵਸੀਲਿਆਂ ਦੀ ਲੋੜ ਹੈ। ਜਿਵੇਂ ਪਾਣੀ ਉੱਪਰ ਉੱਠੇ ਤਾਂ ਬਿਨਾਂ ਪ੍ਰੈਸ਼ਰ ਦੇ ਉੱਪਰ ਨਹੀਂ ਜਾ ਸਕਦਾ, ਹੂ ਬਹੁ ਜੀਵਨ ਸ਼ਕਤੀ ਨੂੰ ਵੀ ਕੋਈ ਦਬਾਓ ਚਾਹੀਦਾ ਪਿੱਛੇ, ਜਿਸ ਦੇ ਆਸਰੇ 'ਤੇ ਇਹ ਉੱਪਰ ਉੱਠ ਸਕੇ। ਉਹ ਦਬਾਓ, ਉਹ ਪ੍ਰੈਸ਼ਰ ਹੈ ਕੇਵਲ ਜਪ। ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ। ਜ਼ਬਾਨ ਤੋਂ ਜਪ ਦੀ ਧੁਨੀ ਕੰਨਾਂ ਦੇ ਰਾਹੀਂ ਜਦ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ। ਇਸ ਨੂੰ ਸਤਿਗੁਰ ਇੰਜ ਕਹਿੰਦੇ ਨੇ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਅਨੰਤ ਕਾਲ ਤੋਂ ਅਨੰਤ ਜਨਮਾਂ ਦੇ ਵਿੱਚ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ, ਔਰ ਜੀਵਨ ਅਕਸਰ ਮਨੁੱਖ ਸੌਂ ਕੇ ਹੀ ਬਤੀਤ ਕਰ ਦਿੰਦਾ ਹੈ। ਜਾਗਤ ਸੋਇਆ ਜਨਮ ਗਵਾਇਆ। ਇਹ ਸ਼ਕਤੀ ਜਾਗੇ ਉਪਰਾਲੇ ਨੇ ਸਤਸੰਗ ਤੇ ਜਪ, ਔਰ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਮੂਲਾਧਾਰ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ ਤਾਂ ਮਨੁੱਖ ਦੀ ਕਾਮ ਵਾਸ਼ਨਾ ਸਮਾਪਤ ਹੋ ਜਾਂਦੀ ਹੈ। ਮਨੁੱਖ ਦੇ ਕਾਮ ਰਸ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਕਾਮ ਦਾ ਥਲ ਮੂਲਾਧਾਰ ਤੋਂ ਥੱਲੇ ਹੈ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠੀ, ਔਰ ਉੱਪਰ ਉੱਠਦਿਆਂ ਇਹ ਵਾਸ਼ਨਾ ਖਤਮ ਹੋਈ। ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਖਤਮ ਹੋਇਆ। ਲੇਕਿਨ ਸਿਰਫ ਵਾਸ਼ਨਾ ਹੀ ਮਿੱਟੀ ਹੈ, ਸਿਰਫ ਕਾਮ ਰਸਤੇ 'ਚ ਹੀ ਰੁਚੀਆਂ ਘਟੀਆਂ ਨੇ। ਅਜੇ ਪਰਮ ਨਿਧਾਨ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਜਿਨ੍ਹਾਂ ਦੀ ਜੀਵਨ ਸ਼ਕਤੀ ਮੂਲਾਧਾਰ ਤੋਂ ਵੀ ਉੱਪਰ ਨਹੀਂ ਉੱਠਦੀ, ਦੇਖਣ ਦੇ ਚਾਇਆ ਭਾਵੇਂ ਉਹਨਾਂ ਦੀ ਉਮਰ 80-90 ਸਾਲ ਦੀ ਹੀ ਕਿਉਂ ਨਾ ਹੋ ਜਾਏ, ਕਾਮ ਵਾਸ਼ਨਾ ਉਹਨਾਂ ਦੀ ਸਮਾਪਤ ਨਹੀਂ ਹੁੰਦੀ। ਇਹ ਵਾਸ਼ਨਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਲ ਪਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ, ਤਾਂ ਕਾਮ ਪਾਵਸ ਮਾਧਾਣੀ। ਭਗਤ ਲੋਚਨ ਜੀ ਮਹਾਰਾਜ ਦਾ ਕਥਨ, ਕੇਸ ਚਿੱਟੇ ਹੋ ਗਏ, ਚਿਹਰੇ ਤੇ ਝੁਰੀਆਂ ਪੈ ਗਈ, ਬਚਨ ਸ਼ੁੱਧ ਨਹੀਂ ਨਿਕਲੇ ਦੇ, ਔਰ ਅੱਖਾਂ ਵਿੱਚ ਦੀਦ ਨਹੀਂ ਰਹੀ, ਕਮਜ਼ੋਰੀ ਨੇ ਚਾਰੋਂ ਪਾਸੇ ਸਰੀਰ ਨੂੰ ਨਿਢਾਲ ਕੀਤਾ ਹੈ। ਲੇਕਿਨ ਕਾਮ ਵਾਸ਼ਨਾ ਦੀ ਮਧਾਣੀ ਇਸ ਟੁੱਟੀ ਹੋਈ ਮਟਕੀ ਦੇ 'ਚ ਵੀ ਚੱਲ ਰਹੀ ਹੈ। ਭਾਵੇਂ ਮਧਾਣੀ ਦੇ 'ਚ ਕੁਛ ਨਹੀਂ ਰਹੀ, ਚਾਟੀ ਨਹੀਂ ਰਹੀ, ਦਹੀਂ ਨਹੀਂ ਹੈ, ਕੁਛ ਵੀ ਨਹੀਂ ਹੈ, ਪਰ ਇਸ ਟੁੱਟੀ ਹੋਈ ਖੁਸ਼ਕ ਮਟਕੀ ਦੇ ਅੰਦਰ ਵੀ ਕਾਮ ਦੀ ਮਧਾਣੀ ਬਕਾਇਦਾ ਚੱਲ ਰਹੀ ਹੈ। ਤਾਂ ਕਾਮ ਪਾਵਸ ਮਾਧਾਣੀ।
ਜੈਸੇ ਜੈਸੇ ਮਨੁੱਖ ਜਪ ਕਰਦਾ ਹੈ ਇਹ ਸ਼ਕਤੀ ਉੱਪਰ ਉੱਠਦੀ ਹੈ ਔਰ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਕਾਮ ਵਾਸ਼ਨਾ ਸਮਾਪਤ। ਇੱਕੋ ਇੱਕ ਤਰੀਕਾ ਹੈ ਇਸ ਵਾਸ਼ਨਾ ਤੋਂ ਬਚਣ ਦਾ, ਇਸ ਵਾਸ਼ਨਾ ਤੋਂ ਉੱਪਰ ਉੱਠਣ ਦਾ, ਉਹ ਹੈ ਜਪ। ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ, ਇਹ ਸ਼ਕਤੀ ਉੱਪਰ ਉੱਠੇ ਤਾਂ ਨਿਰੰਕਾਰ ਦੀ ਦੁਨੀਆ ਦੇ ਜਨਮ ਹੁੰਦਾ ਹੈ। ਇਹ ਸ਼ਕਤੀ ਥੱਲੇ ਜਾਏ ਕਿਸੇ ਸਰੀਰ ਨੂੰ ਜਨਮ ਦਿੰਦੀ ਹੈ, ਇਹ ਸ਼ਕਤੀ ਉੱਪਰ ਜਾਏ ਪਰਮਾਤਮਾ ਨੂੰ ਜਨਮ ਦਿੰਦੀ ਹੈ। ਇਹ ਸ਼ਕਤੀ ਥੱਲੇ ਜਾਏ ਰੇਤ ਦੇ ਚ ਰੇਤ ਦੀ ਢੇਰੀ ਹੋ ਜਾਂਦੀ ਹੈ, ਇਹ ਸ਼ਕਤੀ ਉੱਪਰ ਉੱਠੇ ਹੀਰਾ ਹੋ ਜਾਂਦੀ ਹੈ, ਮੋਤੀ ਹੋ ਜਾਂਦੀ ਹੈ, ਰਤਨ ਲਾਲ ਜਵਾਹਰ ਬਣ ਜਾਂਦੀ ਹੈ। ਤੋ ਇਹ ਪਹਿਚਾਣ ਹੈ ਕਿ ਸਾਧਨਾ ਕਰਨ ਵਾਲੇ ਦੀ ਇਹ ਜਿਹੜੀ ਸ਼ਕਤੀ ਹੈ ਇਹ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠ ਗਈ ਹੈ, ਉਹਦੀ ਕਾਮ ਵਾਸ਼ਨਾ ਸਮਾਪਤ ਹੋ ਗਈ, ਉਹਦੇ 'ਚ ਰੂਪ ਦੀ ਖਿੱਚ ਨਹੀਂ ਰਹੀ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ। ਹੁਣ ਰੂਪ ਨੂੰ ਵੇਖ ਕੇ ਉਹ ਅਰੂਪ ਦੇ ਦਰਸ਼ਨ ਕਰੇਗਾ। ਸਤਿਗੁਰੂ ਕਹਿੰਦੇ ਨੇ ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਹੇ। ਹੁਣ ਜਗਤ ਦੀ ਤਮਾਮ ਸੁੰਦਰਤਾ ਪਰਮਾਤਮਾ ਦੀ ਸੁੰਦਰਤਾ ਦਾ ਬੋਧ ਕਰਾ ਰਹੀ ਹੈ। ਹੁਣ ਪਰਮ ਰੂਪ ਦੇ 'ਚ ਪਰਮ ਅਰੂਪ ਦੇ ਦਰਸ਼ਨ ਹੋ ਰਹੇ ਨੇ, ਹੁਣ ਆਕਾਰ ਦੇ 'ਚ ਨਿਰਾਕਾਰ ਦੀ ਝਲਕ ਮਿਲ ਰਹੀ ਹੈ। ਇਸ ਵਾਸਤੇ ਵਾਸ਼ਨਾ ਸਮਾਪਤ, ਵਾਸ਼ਨਾ ਦਾ ਜਗਤ ਖਤਮ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ। ਪ੍ਰਾਰਥਨਾ ਸ਼ੁਰੂ ਹੀ ਉਦੋਂ ਆਉਂਦੀ ਹੈ ਜਦ ਸ਼ਕਤੀ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਇਸ ਤੋਂ ਪਹਿਲੇ ਤੇ ਵਾਸ਼ਨਾ ਦਾ ਜਗਤ ਹੈ। ਅਗਰ ਬੰਦਾ ਜਪ ਵੀ ਕਰ ਰਿਹਾ, ਤਪ ਵੀ ਕਰ ਰਿਹਾ, ਧਾਰਮਿਕ ਮੰਦਰਾਂ ਵਿੱਚ ਬੈਠ ਕੇ ਸਾਧਨਾ ਵੀ ਕਰ ਰਿਹਾ, ਜੇਕਰ ਉਸਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉੱਠੀ ਤਾਂ ਉਸਦਾ ਇਹ ਭਜਨ, ਉਸਦਾ ਇਹ ਧਰਮ, ਉਹ ਵੀ ਵਾਸ਼ਨਾ ਹੈ, ਪ੍ਰਾਰਥਨਾ ਨਹੀਂ ਹੈ, ਸਭ ਕੁਝ ਵਾਸ਼ਨਾ ਹੈ। ਇਸ ਵਾਸਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਧਰਮ ਮੰਦਰਾਂ ਵਿੱਚ ਬੈਠੇ ਸਾਧਕ ਸੰਸਾਰ ਦੀ ਹੀ ਮਨੋਕਾਮਨਾ ਕਰ ਰਹੇ ਨੇ, ਤੇ ਕਾਮਨਾ ਵਿੱਚ ਜੀਣ ਵਾਲਾ ਮਨੁੱਖ ਤੇ ਹੀ ਕਾਮੀ ਹੈ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਭਗਤ ਰਵਿਦਾਸ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਮੌਜੂਦਾ ਦੌਰ ਵਿੱਚ ਮਨੁੱਖ ਦੀਆਂ ਕਾਮਨਾਵਾਂ ਬਹੁਤ ਵਧੀਆਂ, ਬਹੁਤ ਵਧੀਆਂ, ਔਰ ਮਨੁੱਖ ਅਤੀ ਕਾਮੀ ਹੋ ਗਿਆ, ਅਤੀ ਕਾਮੀ ਹੋ ਗਿਆ। ਕਾਮਨਾ ਸੰਸਾਰ ਦੀ ਆਉਂਦੀ ਹੈ, ਵਾਸ਼ਨਾ ਸੰਸਾਰ ਦੀ ਆਉਂਦੀ ਹੈ, ਪ੍ਰਾਰਥਨਾ ਕਰਤਾਰ ਦੀ ਆਉਂਦੀ ਹੈ। ਪ੍ਰਾਰਥਨਾ ਦੇ ਨਾਲ ਸੰਸਾਰ ਨਹੀਂ ਮਿਲਦਾ, ਵਾਸ਼ਨਾ ਦੇ ਨਾਲ ਨਿਰੰਕਾਰ ਨਹੀਂ ਮਿਲਦਾ। ਵਾਸ਼ਨਾ ਸੰਸਾਰ ਨਾਲ ਜੋੜਦੀ ਹੈ, ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ। ਤੋ ਜੈਸੇ ਜਪ ਕਰਦਿਆਂ ਸ਼ਕਤੀ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠੀ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਸਮਾਪਤ ਹੋਇਆ। ਲੇਕਿਨ ਅਜੇ ਪਰਮ ਨਿਧੀ, ਪਰਮ ਖਜ਼ਾਨਾ, ਪਰਮ ਆਨੰਦ ਦੇ ਦੁਆਰ ਨਹੀਂ ਖੁੱਲੇ। ਜਪ ਜਾ ਰਹੀ ਹੈ, ਤਪ ਜਾ ਰਹੀ ਹੈ, ਸਾਧਨਾ ਜਾ ਰਹੀ ਹੈ, ਸ਼ਕਤੀ ਸਹਿਜੇ ਸਹਿਜੇ ਉੱਪਰ ਉੱਠ ਰਹੀ ਹੈ। ਦੂਸਰਾ ਚੱਕਰ ਹੈ ਸਭ ਦਿਸ਼ਟਾਨ, ਜੋ ਮੂਲਾਧਾਰ ਤੋਂ ਉੱਪਰ ਹੈ। ਸਾਧਨਾ ਕਰਦੇ ਕਰਦੇ, ਜਪ ਕਰਦੇ ਕਰਦੇ, ਅਭਿਆਸੀ ਦੀ ਸੁਰਤ, ਜੀਵਨ ਸ਼ਕਤੀ ਧਿਆਨ ਦੇ ਆਸਰੇ ਤੇ ਜੈਸੇ ਉੱਪਰ ਉੱਠਦੀ ਹੈ, ਉਹ ਫਿਰ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਸਭ ਦਿਸ਼ਟਾਨ ਚੱਕਰ ਵਿੰਨਿਆ ਗਿਆ, ਪਹਿਚਾਣ ਕੀ ਹੋਵੇਗੀ
ਇਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਹੋਵੇਗਾ। ਇਹ ਮਰਨ ਦੇ ਭੈ ਤੋਂ ਉੱਚਾ ਉੱਠ ਗਿਆ। ਮੌਤ ਦਾ ਭੈ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੇ ਪੁਰਸ਼ ਨੂੰ ਡਰਾਇਆ ਨਹੀਂ ਜਾ ਸਕਦਾ ਜਿਸ ਦੀ ਸ਼ਕਤੀ ਸਭ ਦਿਸ਼ਟਾਂ ਤੋਂ ਉੱਪਰ ਉੱਠ ਗਈ ਹੈ। ਦਰਅਸਲ ਡਰ ਦੇ ਵਿੱਚ ਜੀਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹੱਈਆ ਕਰ ਰਿਹਾ ਹੈ ਕਿ ਸਭ ਦਿਸ਼ਟਾਂ ਤੋਂ ਥੱਲੇ ਜੀ ਰਿਹਾ। ਭਗਤ ਕਬੀਰ ਕਹਿੰਦੇ ਨੇ, ਕਹਿਤ ਕਬੀਰ ਰਾਮ ਗੁਣ ਗਾਓ, ਆਪ ਨਾ ਡਰੋ ਨਾ ਅਵਰ ਡਰਾਂ। ਮੈਂ ਉਸ ਦੁਨੀਆਂ ਵਿੱਚ ਪਹੁੰਚ ਗਿਆ ਜਿੱਥੇ ਨਾ ਮੈਂ ਕਿਸੇ ਤੋਂ ਡਰਦਾ ਨਾ ਹੀ ਕਿਸੇ ਨੂੰ ਡਰਾਉਂਦਾ। ਅਕਸਰ ਉਹੀ ਮਨੁੱਖ ਦੂਜਿਆਂ ਨੂੰ ਡਰਾਉਂਦਾ ਹੈ ਜਿਹੜਾ ਕਿਸੇ ਤੋਂ ਡਰਦਾ ਹੈ, ਕਿਉਂਕਿ ਭੈਭੀਤ ਹੋਇਆ ਮਨੁੱਖ ਹੀ ਅਗਲੇ ਨੂੰ ਭੈਭੀਤ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਪਰਮ ਗਿਆਨੀ ਦੇ ਲੱਛਣ ਇਹੀ ਦੱਸਦੇ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਵਾਸਤਵਿਕ ਪਰਮ ਗਿਆਨੀ ਬ੍ਰਹਮ ਗਿਆਨੀ ਉਹੀ ਹੈ ਜੋ ਭੈ ਦੀ ਦੁਨੀਆਂ ਤੋਂ ਉੱਚਾ ਉੱਠ ਗਿਆ ਹੈ, ਨਾ ਡਰਾਉਂਦਾ ਹੈ ਨਾ ਡਰਦਾ। ਸਭ ਦਿਸ਼ਟਾਂ ਚੱਕਰ ਨੂੰ ਵਿੰਨ ਕੇ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਭੈ ਦੀ ਦੁਨੀਆਂ ਖਤਮ, ਨਿਰਭੈ ਦੀ ਦੁਨੀਆਂ ਸ਼ੁਰੂ ਹੋਈ। ਨਿਰਭੈ ਕੇਵਲ ਪਰਿਪੂਰਨ ਪਰਮਾਤਮਾ ਹੈ। ਸਾਹਿਬਾਂ ਦੀ ਬਾਣੀ ਦਾ ਫਰਮਾਨ, ਡਰ ਪੇ ਧਰਤ ਆਕਾਸ਼ ਨਿਖਤਰਾ, ਸਿਰ ਉੱਪਰ ਗਗਨ ਕਰਾਰ, ਪਾਉਣ ਪਾਣੀ ਬੈ ਸੰਤਰ, ਡਰ ਪੇ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮੁਲ ਗਾਏ ਗੁਣੀ। ਸਤਿਗੁਰੂ ਦਾ ਤੇ ਇੱਥੇ ਤੱਕ ਫਰਮਾਨ ਹੈ ਕਿ ਸੂਖਸ਼ਮ ਰੂਪ ਦੇ ਵਿੱਚ ਗ੍ਰਹਿ ਨਿਛੱਤਰ ਸੂਰਜ ਚੰਦ ਤਾਰੇ ਸਭ ਡਰੇ ਹੋਏ ਨੇ, ਪੈ ਦੇ ਚ ਨੇ, ਡਰ ਦੇ ਚ ਨੇ, ਮਰਿਆਦਾ ਦੇ ਚ ਨੇ। ਤਮਾਮ ਜੀਵ ਪਸ਼ੂ ਪੰਖੀ ਮਨੁੱਖ ਡਰ ਦੇ ਚ ਨੇ। ਇਹ ਠੀਕ ਹੈ ਕਿ ਡਰ ਮਰਿਆਦਾ ਦੇ ਚ ਰੱਖਣ ਵਾਸਤੇ ਚਾਹੀਦਾ, ਲੇਕਿਨ ਹਰ ਵਕਤ ਮਨੁੱਖ ਡਰਿਆ ਹੋਇਆ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦਾ। ਕਿਧਰੇ ਮੈਂ ਬਿਮਾਰ ਨਾ ਹੋ ਜਾਵਾਂ, ਕਿਧਰੇ ਮੈਂ ਮਰ ਨਾ ਜਾਵਾਂ, ਕਿਧਰੇ ਮੇਰਾ ਕਮਾਇਆ ਹੋਇਆ ਧਨ ਨਾਸ ਨਾ ਹੋ ਜਾਏ, ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ, ਕਿਧਰੇ ਮੇਰਾ ਰੁਤਬਾ ਕੋਈ ਖੋਹ ਨਾ ਲਵੇ, ਕਿਧਰੇ ਜੰਗ ਦੇ ਵਿੱਚ ਜਾਂ ਮੁਕਦਮੇ ਵਿੱਚ ਮੈਂ ਹਾਰ ਨਾ ਜਾਵਾਂ। ਇਹ ਭੈ ਮਨੁੱਖ ਨੂੰ ਬਣਿਆ ਰਹਿੰਦਾ। ਸਭ ਦਿਸ਼ਟਾਂ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਇਹ ਭੈ ਦੀ ਦੁਨੀਆਂ ਖਤਮ ਹੋ ਗਈ, ਨਿਰਭੈ ਦੀ ਦੁਨੀਆਂ ਆਰੰਭ ਹੋਈ। ਔਰ ਪਰਿਪੂਰਨ ਪਰਮਾਤਮਾ ਚੂੰਕਿ ਨਿਰਮਲ ਹੈ, ਹੁਣ ਉਸਦਾ ਹੀ ਭੈ ਸ਼ੁਰੂ ਹੋਇਆ, ਭਾਵ ਉਹਦੀ ਗੱਲ ਮੰਨਣ ਦਾ ਅੰਦਰ ਚਾਅ ਪੈਦਾ ਹੋਇਆ। ਇਸੇ ਨੂੰ ਸਤਿਗੁਰੂ ਕਹਿੰਦੇ, ਨਿਰਮਲ ਭਾਵ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਪਰਮਾਤਮਾ ਆਪ ਨਿਰਮਲ ਹੈ, ਉਹਦਾ ਭੈ ਵੀ ਨਿਰਮਲ ਹੈ। ਜਗਤ ਮੈਲਾ ਹੈ, ਜਗਤ ਦਾ ਭੈ ਵੀ ਮੈਲਾ ਹੈ। ਜਗਤ ਦਾ ਭੈ ਜਿਸ ਦੇ ਅੰਦਰ ਹੈ ਉਹ ਨਿਰਮਲ ਨਹੀਂ ਹੋ ਸਕੇਗਾ, ਤੇ ਪਰਮਾਤਮਾ ਦਾ ਭੈ ਜਿਸ ਦੇ ਅੰਦਰ ਹੈ ਉਹ ਮੈਲਾ ਕਦੀ ਨਹੀਂ ਹੋ ਸਕੇਗਾ, ਸਦੀਵ ਨਿਰਮਲ ਹੋਵੇਗਾ। ਬਾਬੇ ਫਰੀਦ ਦੇ ਸਲੋਕਾਂ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਪਰਮ ਪਾਵਨ ਸਲੋਕ ਹੈ, ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਸ ਤਰ੍ਹਾਂ ਅਗਨ ਸੋਨੇ ਦੀ ਤਮਾਮ ਖੋਟ ਨੂੰ ਕੱਢ ਦਿੰਦੀ ਹੈ, ਰੱਬੀ ਨਿਰਮਲ ਭੈ ਮਨੁੱਖ ਦੇ ਤਮਾਮ ਵਿਕਾਰਾਂ ਨੂੰ ਸ਼ਾਂਤ ਕਰ ਦਿੰਦਾ ਹੈ।
ਮਨੁੱਖ ਦੇ ਤਮਾਮ ਪਤਿਤ ਸੰਸਕਾਰਾਂ ਨੂੰ ਖਤਮ ਕਰ ਦਿੰਦਾ। ਤੋ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਉੱਪਰ ਉੱਠੀ, ਮੌਤ ਦਾ ਭੈ ਖਤਮ ਹੋ ਗਿਆ। ਕਿਸੇ ਪ੍ਰਕਾਰ ਦੇ ਭੈ ਦਾ ਜਿਹੜਾ ਬੋਝ ਸੀ ਉਹ ਸਿਰ ਤੋਂ ਲੈ ਗਿਆ। ਨਿਰਭੈ ਦੁਨੀਆ ਆਰੰਭ ਹੋਈ, ਸਿਰ ਦੇ ਸਾਰੇ ਬੋਝ ਉਤਰ ਗਏ। ਜਪ ਜਾਰੀ ਹੈ, ਤਪ ਜਾਰੀ ਹੈ, ਸਾਧਕ ਦੀ ਸਾਧਨਾ ਬਕਾਇਦਾ ਜਾਰੀ ਹੈ, ਰਾਹੀ ਹੈ ਇਹ ਮੰਜ਼ਿਲ ਦਾ, ਚੱਲ ਰਿਹਾ ਚੱਲ ਰਿਹਾ। ਟਿਕਾਣਾ ਕੀ ਹੈ? ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਜਾਣਾ। ਕਿੱਥੇ? ਪਰਮ ਆਨੰਦ ਤੱਕ, ਪਰਮ ਸ਼ਾਂਤੀ ਤੱਕ, ਪਰਮ ਨਿਧਾਨ ਤੱਕ, ਪਰਮ ਪੁਰਖ ਤੱਕ, ਜਿਸ ਨੂੰ ਕਿਹਾ ਪਰਮਾਤਮਾ ਈਸ਼ਵਰ ਅਕਾਲ ਪੁਰਖ, ਉੱਥੇ ਤੱਕ ਪਹੁੰਚਣਾ। ਔਰ ਉਸਦਾ ਸਰੂਰ, ਉਸਦੀ ਮਸਤੀ, ਉਸਦਾ ਅਨੁਭਵ ਮਨੁੱਖ ਨੂੰ ਉਦੋਂ ਹੀ ਆਉਂਦਾ ਹੈ ਜਦ ਆ ਗਿਆ ਚੱਕਰ ਨੂੰ ਵਿੰਨ ਕੇ ਇਹ ਪਹੁੰਚਦਾ ਹੈ ਔਰ ਇਹ ਚੱਕਰ ਮਸਤਕ ਵਿੱਚ ਹੈ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਸੁਰਤ ਉੱਚੀ ਕਰਨੀ ਪਏਗੀ। ਧਿਆਨ ਦੇ ਆਸਰੇ ਤੇ ਸ਼ਕਤੀ ਨੂੰ ਉੱਪਰ ਲੈ ਜਾਣਾ ਹੋਵੇਗਾ। ਅਕਸਰ ਦੇਖਣ ਵਿੱਚ ਆਇਆ ਕਿ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਤੇ ਉੱਠਦਾ ਹੈ, ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ, ਫਿਰ ਥੱਲੇ, ਫਿਰ ਥੱਲੇ। ਚੰਗੀ ਸੰਗਤ, ਧਰਮ ਗ੍ਰੰਥਾਂ ਦੇ ਪਾਠ ਪਠਨ ਦੇ ਨਾਲ ਜੀਵਨ ਸ਼ਕਤੀ ਉੱਪਰ ਤੇ ਉੱਠਦੀ ਹੈ, ਪਰ ਫਿਰ ਸੰਸਾਰ ਦੇ ਖਿੱਚ ਦੀ ਮਾਰੀ ਹੋਈ ਥੱਲੇ, ਥੱਲੇ, ਥੱਲੇ। ਕਿਧਰੇ ਧਨ ਖਿੱਚ ਲੈਂਦਾ ਹੈ, ਕਿਧਰੇ ਰੂਪ ਖਿੱਚ ਲੈਂਦਾ ਹੈ, ਕਿਧਰੇ ਪ੍ਰਭਤਾ ਖਿੱਚ ਲੈਂਦੀ ਹੈ, ਕਿਧਰੇ ਸੰਸਾਰ ਦਾ ਕੋਈ ਹੋਰ ਸਾਜ਼ੋ ਸਮਾਨ ਖਿੱਚ ਲੈਂਦਾ ਹੈ। ਇਸ ਤਰੀਕੇ ਦੇ ਨਾਲ ਇਹ ਦੋ ਪਾਸੇ ਦੀ ਕਸ਼ਿਸ਼ ਹੈ, ਪਰਮਾਤਮਾ ਦੀ ਆਪਣੀ ਖਿੱਚ, ਸੰਸਾਰ ਦੀ ਆਪਣੀ ਖਿੱਚ। ਕਿਧਰੇ ਬਗੌਰ ਮੁਤਾਲਾ ਕਰਕੇ ਤਮਾਮ ਬ੍ਰਹਿਮੰਡ ਦੇ ਉੱਤੇ ਨਿਗਾਹ ਮਾਰੀਏ ਤਾਂ ਸਭ ਕੁਛ ਇੱਕ ਦੂਜੇ ਦੀ ਕਸ਼ਿਸ਼ 'ਤੇ ਖੜਾ ਹੈ। ਸੂਰਜ, ਚੰਦ, ਤਾਰੇ, ਗ੍ਰਹਿ, ਨਛੱਤਰ ਸਭ ਇੱਕ ਦੂਜੇ ਦੀ ਕਸ਼ਿਸ਼ 'ਤੇ ਖੜੇ ਨੇ। ਨਾ ਥੱਲੇ ਕੋਈ ਥੰਬੀ ਹੈ, ਨਾ ਉੱਪਰ ਕਿਸੇ ਰੱਸੀਆਂ ਦੇ ਨਾਲ ਲਟਕੇ ਹੋਏ ਨੇ, ਸਭ ਇੱਕ ਦੂਜੇ ਦੀ ਕਸ਼ਿਸ਼ 'ਤੇ ਖੜੇ ਨੇ। ਕਦੀ ਪਰਿਵਾਰ ਦਾ ਇਕੱਠ ਦੇਖੀਏ ਤਾਂ ਇਹ ਵੀ ਇੱਕ ਦੂਜੇ ਦੀ ਕਸ਼ਿਸ਼ 'ਤੇ ਖੜੇ ਨੇ। ਪਤੀ ਦੇ ਅੰਦਰ ਪਤਨੀ ਦੀ ਕਸ਼ਿਸ਼, ਪਤਨੀ ਦੇ ਅੰਦਰ ਪਤੀ ਦੀ ਖਿੱਚ, ਪੁੱਤਰਾਂ ਦੇ ਅੰਦਰ ਮਾਂ ਬਾਪ ਦੀ ਖਿੱਚ, ਮਾਂ ਬਾਪ ਦੇ ਅੰਦਰ ਪੁੱਤਰਾਂ ਦੀ ਮਮਤਾ। ਭੈਣ ਭਰਾ ਆਪਸੀ ਮਮਤਾ ਕਰਕੇ ਜੁੜੇ ਰਹਿੰਦੇ ਨੇ, ਕਸ਼ਿਸ਼ ਕਰਕੇ ਇਹ ਸੰਬੰਧ ਜੁੜਿਆ ਰਹਿੰਦਾ। ਦੇਖਣ ਦੇ ਚਾਇਆ ਕੋਈ ਗ੍ਰਹਿ ਨਛੱਤਰ ਸਿਆਰਾ ਸਿਤਾਰਾ ਜਦ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਿਕਲਦਾ ਹੈ, ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਉਹਦੀ ਹੋਂਦ ਹੀ ਮਿਟ ਜਾਂਦੀ ਹੈ। ਜਦ ਵੀ ਕਿਸੇ ਮਨੁੱਖ ਦੇ ਅੰਦਰ ਕਸ਼ਿਸ਼ ਨਹੀਂ ਰਹਿੰਦੀ, ਪਰਿਵਾਰ ਦੀ ਖਿੱਚ ਨਹੀਂ ਰਹਿੰਦੀ, ਟੁੱਟ ਜਾਂਦਾ ਹੈ ਪਤਨੀ ਤੋਂ, ਟੁੱਟ ਜਾਂਦੇ ਨੇ ਇਸਤਰੀਆਂ ਅਕਸਰ ਪਤੀ ਤੋਂ, ਟੁੱਟ ਜਾਂਦੇ ਨੇ ਬੱਚੇ ਮਾਂ ਬਾਪ ਤੋਂ, ਔਰ ਅਲੱਗ ਹੋ ਜਾਂਦੇ ਨੇ ਮਾਂ ਬਾਪ ਬੱਚਿਆਂ ਤੋਂ, ਟੁੱਟ ਜਾਂਦੇ ਨੇ ਰਿਸ਼ਤੇ ਭੈਣ ਭਰਾਵਾਂ ਦੇ, ਭਰਾ ਭਰਾਵਾਂ ਦੇ ਔਰ ਮਿੱਤਰਾਂ ਦੇ। ਇਹ ਸਾਰਾ ਸੰਸਾਰ ਇੱਕ ਦੂਜੇ ਦੀ ਕਸ਼ਿਸ਼ 'ਤੇ ਖੜਾ ਹੈ, ਇਹ ਸਾਰਾ ਜਗਤ ਇੱਕ ਦੂਜੇ ਦੀ ਖਿੱਚ 'ਤੇ ਖੜਾ। ਤੋ ਇੱਕ ਖਿੱਚ ਸੰਸਾਰ ਦੀ ਹੈ, ਇੱਕ ਖਿੱਚ ਕਰਤਾਰ ਦੀ ਹੈ। ਜਿਸ ਦਿਨ ਬੰਦੇ ਦੀ ਜੀਵਨ ਸ਼ਕਤੀ, ਜਿਸ ਦਿਨ ਬੰਦੇ ਦੀ ਸੁਰਤ, ਜਿਸ ਦਿਨ ਬੰਦੇ ਦਾ ਧਿਆਨ ਪਰਮਾਤਮਾ ਦੀ ਕਸ਼ਿਸ਼ ਦੇ ਦਾਇਰੇ ਵਿੱਚ ਆਉਂਦਾ ਹੈ, ਫਿਰ ਥੱਲੇ ਆਉਣਾ ਬਹੁਤ ਔਖਾ ਹੈ। ਉਸੇ ਨੂੰ ਕਹਿੰਦੇ ਨੇ ਦੀ ਸੁਰਤ ਇਤਨੀ ਉੱਪਰ ਚੜ੍ਹ ਗਈ ਹੈ, ਇਹ ਥੱਲੇ ਨਹੀਂ ਆਉਂਦਾ, ਇਹ ਥੱਲੇ ਨਹੀਂ ਆ ਸਕੇਗਾ। ਜੈਸੇ ਕਹਿੰਦੇ ਨੇ
ਕਿ ਗਾਲਬਨ ਜ਼ਮੀਨ ਦੀ ਕਸ਼ਿਸ਼ ਦਾ ਦਾਇਰਾ ਕੋਈ 400 ਮੀਲ ਤੱਕ ਹੈ। ਇਸ ਤੋਂ ਉੱਪਰ ਜਿਹੜੀ ਵਸਤੂ ਚਲੀ ਗਈ ਉਹਨੂੰ ਜ਼ਮੀਨ ਨਹੀਂ ਖਿੱਚ ਸਕੇਗੀ, ਕਿਉਂਕਿ ਜ਼ਮੀਨ ਦੀ ਕਸ਼ਿਸ਼ ਦੇ ਦਾਇਰੇ ਤੋਂ ਹੀ ਇਹ ਵਸਤੂ ਅੱਗੇ ਚਲੀ ਗਈ। ਹੂ ਬਹੁ ਸੰਸਾਰ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ, ਧਨ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ, ਰੂਪ ਰੰਗ ਤੇ ਪਦਾਰਥਾਂ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ। ਜਦ ਕਦੀ ਕੋਈ ਮਨੁੱਖ ਸਾਧਨਾ ਕਰਕੇ ਜਪ ਤਪ ਕਰਕੇ ਇਸ ਸੀਮਾ ਤੋਂ ਅੱਗੇ ਲੰਘ ਜਾਂਦਾ ਹੈ, ਫਿਰ ਪਦਾਰਥ ਦੀ, ਧਨ ਦੀ, ਰੂਪ ਦੀ ਕੋਈ ਅਹਿਮੀਅਤ ਹੀ ਨਹੀਂ ਰਹਿੰਦੀ ਕਿ ਇਸ ਮਨੁੱਖ ਨੂੰ ਖਿੱਚ ਕੇ ਥੱਲੇ ਗਿਰਾ ਸਕੇ। ਸੁਰਤ ਉੱਪਰ ਉੱਠ ਗਈ, ਸ਼ਕਤੀ ਉੱਪਰ ਚਲੀ ਗਈ। ਤੋ ਜਪ ਕਰਕੇ ਤਪ ਕਰਕੇ ਜਿਸ ਦਿਨ ਜੀਵਨ ਸ਼ਕਤੀ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ, ਮੌਤ ਦਾ ਭੈ ਖਤਮ। ਮੌਤ ਦਾ ਡਰ ਦੇ ਕੇ ਇਸ ਤਰ੍ਹਾਂ ਦੇ ਬੰਦੇ ਨੂੰ ਗਿਰਾਇਆ ਨਹੀਂ ਜਾ ਸਕਦਾ, ਭ੍ਰਸ਼ਟ ਨਹੀਂ ਕੀਤਾ ਜਾ ਸਕਦਾ, ਗਿਰਾਇਆ ਨਹੀਂ ਜਾ ਸਕਦਾ। ਜਪ ਜਾ ਰਹੀ ਹੈ, ਤਪ ਜਾ ਰਹੀ ਹੈ, ਸਹਿਜੇ ਸਹਿਜੇ ਸਾਧਕ ਦੀ ਸੁਰਤ ਧਿਆਨ ਦੇ ਆਸਰੇ ਤੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਤਾਂ ਫਿਰ ਤੀਸਰਾ ਚੱਕਰ ਹੈ ਮਣੀ ਪੁਰਸ਼। ਵਿਚਾਰਾਂ ਦੀ ਦੁਨੀਆ, ਫੁਰਨਿਆਂ ਦੀ ਦੁਨੀਆ, ਸੋਚ ਦੀ ਦੁਨੀਆ, ਇੱਥੇ ਤੱਕ ਜੈਸੀ ਸ਼ਕਤੀ ਪਹੁੰਚਦੀ ਹੈ ਔਰ ਇਸ ਚੱਕਰ ਨੂੰ ਵਿੰਨਦੀ ਹੈ, ਫੁਰਨੇ ਮਿਟ ਗਏ, ਵਿਚਾਰ ਸ਼ਾਂਤ ਹੋ ਗਏ, ਭਟਕਣਾ ਮਿਟ ਗਈ, ਟਿਕਾਓ ਨਸੀਬ ਹੋ ਗਿਆ, ਇਕਾਗਰਤਾ ਨਸੀਬ ਹੋ ਗਈ। ਅੱਗੇ ਦੀ ਦੁਨੀਆ ਜਜ਼ਬਿਆਂ ਦੀ ਦੁਨੀਆ, ਵਲਵਲੇ ਦੀ ਦੁਨੀਆ, ਭਾਵਨਾ ਦੀ ਦੁਨੀਆ, ਇਸੇ ਨੂੰ ਅਕਸਰ ਧਾਰਮਿਕ ਵਿਚਾਰਕ ਐਸਾ ਕਹਿੰਦੇ ਨੇ ਕਿ ਇੱਕ ਅਕਲ ਤੋਂ ਪਾਰ ਦੀ ਦੁਨੀਆ ਹੈ, ਇੱਕ ਅਕਲ ਤੋਂ ਥੱਲੇ ਦੀ ਦੁਨੀਆ ਹੈ, ਇੱਕ ਅਕਲ ਦੀ ਦੁਨੀਆ ਹੈ। ਜੋ ਅਕਲ ਤੋਂ ਥੱਲੇ ਦੀ ਦੁਨੀਆ ਹੈ, ਇਹ ਪਸ਼ੂਆਂ ਦਾ ਜਗਤ ਹੈ, ਅਕਲ ਹੈ ਹੀ ਕੋਈ ਨਹੀਂ, ਮਨ ਹੈ ਹੀ ਕੋਈ ਨਹੀਂ, ਸੋਚਣਾ ਹੈ ਹੀ ਕੋਈ ਨਹੀਂ। ਇਸ ਵਾਸਤੇ ਹਜ਼ਾਰਾਂ ਸਾਲ ਤੋਂ, ਅਣਗਿਣਤ ਸਦੀਆਂ ਤੋਂ ਪਸ਼ੂਆਂ ਦੀ ਜ਼ਿੰਦਗੀ ਦੇਖੀ ਦੀ ਹੈ, ਕੋਈ ਵਿਕਾਸ ਨਹੀਂ ਹੋਇਆ, ਕੋਈ ਉੱਨਤੀ ਨਹੀਂ ਹੋਈ। ਕਾਰਨ ਮਨ ਹੀ ਕੋਈ ਨਹੀਂ, ਵਿਚਾਰ ਹੀ ਕੋਈ ਨਹੀਂ, ਸੋਚ ਹੀ ਨਹੀਂ ਸਕਦੇ, ਬੁੱਧੀ ਕੋਈ ਨਹੀਂ। ਤੋ ਬੁੱਧੀ ਮੰਡਲ ਤੋਂ ਥੱਲੇ ਜੀਵਣਾ, ਬਿਲਕੁਲ ਥੱਲੇ ਜੀਵਣਾ, ਇਹ ਪਸ਼ੂਆਂ ਦਾ ਜਗਤ ਹੈ। ਬੁੱਧੀ ਦੇ ਤਲ ਤੇ ਜੀਵਣਾ, ਇਹ ਮਨੁੱਖੀ ਜਗਤ ਹੈ। ਇੱਥੇ ਸੱਭਿਅਤਾ ਵਿਕਸਿਤ ਹੁੰਦੀ ਹੈ, ਸਮਾਜ ਦੇ ਨਿਯਮ ਜਨਮ ਲੈਂਦੇ ਨੇ, ਰਾਜਨੀਤੀ ਦੇ ਨਿਯਮ ਪੈਦਾ ਹੁੰਦੇ ਨੇ, ਜੀਵਨ ਦੇ ਢੰਗ ਰੰਗ ਸਭ ਕੁਝ ਇੱਥੇ ਹੀ ਆ ਕੇ ਜਨਮ ਲੈਂਦਾ। ਔਰ ਇੱਕ ਐਸੀ ਦੁਨੀਆ ਹੈ ਜੋ ਬੁੱਧੀ ਮੰਡਲ ਤੋਂ ਪਾਰ ਦੀ ਦੁਨੀਆ ਹੈ, ਜੋ ਅਕਲ ਤੋਂ ਪਾਰ ਦੀ ਦੁਨੀਆ ਹੈ। ਉੱਥੇ ਅਕਲ ਵੀ ਨਹੀਂ ਪਹੁੰਚ ਸਕਦੀ, ਉੱਥੇ ਬੁੱਧੀ ਦੀ ਵੀ ਕੋਈ ਪਹੁੰਚ ਨਹੀਂ। ਉਹ ਵਲਵਲਿਆਂ ਦੀ ਦੁਨੀਆ, ਜਜ਼ਬਿਆਂ ਦੀ ਦੁਨੀਆ, ਭਾਵਨਿਆਂ ਦੀ ਦੁਨੀਆ। ਇਸੇ ਨੂੰ 20ਵੀਂ ਸਦੀ ਦੇ ਮਸ਼ਹੂਰ ਉਹ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਤਾਰਕਿਕ ਨੂੰ, ਇੱਕ ਵਿਚਾਰਕ ਨੂੰ ਇਸ ਢੰਗ ਨਾਲ ਸਮਝਾਇਆ। ਤੇਰੇ ਸੀਨੇ ਮੇ ਦਮ ਹੈ, ਦਿਲ ਨਹੀਂ ਹੈ, ਤੇਰਾ ਦਮ ਗਰਮ ਯੈ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ।
ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ। ਇਹ ਤੇ ਰਸਤੇ ਦਾ ਦੀਪ ਹੈ, ਤੂੰ ਮੰਜ਼ਿਲ ਨੂੰ ਛੋਣ ਦੀ ਕੋਸ਼ਿਸ਼ ਕਰ। ਇਹ ਤੇ ਰਾਹ ਦਾ ਦੀਪਕ ਹੈ, ਦੀਪਕ ਦੀ ਪਰਿਕਰਮਾ ਨਾ ਕਰ। ਜੋ ਦੀਪਕ ਦੀ ਪਰਿਕਰਮਾ ਕਰ ਰਹੇ ਨੇ ਇਹ ਮਨੁੱਖ ਨੇ, ਤੇ ਜਿਨ੍ਹਾਂ ਦੀ ਜ਼ਿੰਦਗੀ 'ਚ ਦੀਪਕ ਹੀ ਨਹੀਂ ਜਲਿਆ, ਭਾਵ ਜੋ ਬੁੱਧੀ ਤੱਕ ਵੀ ਨਹੀਂ ਪਹੁੰਚੇ, ਪਸ਼ੂ ਨੇ। ਔਰ ਜੋ ਬੁੱਧੀ ਮੰਡਲ ਤੋਂ ਅੱਗੇ ਨਿਕਲ ਗਏ, ਦੇਵਤੇ ਨੇ, ਫਰਿਸ਼ਤੇ ਨੇ, ਕਹਿੰਦੇ ਨੇ ਬੁੱਧੀ ਦੀ ਦੁਨੀਆ ਤੋਂ ਅੱਗੇ ਲੰਘ ਗਏ, ਇਹ ਰੱਬ ਦਾ ਰੂਪ ਹੋ ਗਏ, ਈਸ਼ਵਰ ਦਾ ਰੂਪ ਹੋ ਗਏ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਜੋ ਬੁੱਧੀ ਮੰਡਲ ਤੋਂ ਥੱਲੇ ਹੈ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਪਾਗਲ ਨੇ, ਪਸ਼ੂ ਸਮਾਨ ਨੇ। ਔਰ ਜਿਹੜਾ ਬੁੱਧੀ ਮੰਡਲ ਤੋਂ ਅੱਗੇ ਚਲਿਆ ਗਿਆ ਉਹਦਾ ਵੀ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ, ਤਾਂ ਭੁਲੇਖੇ ਕਰਕੇ ਉਹਨੂੰ ਵੀ ਪਾਗਲ ਕਹਿਣਾ ਪੈਂਦਾ। ਇਹ ਦੋਵੇਂ ਪਾਗਲ ਪ੍ਰਤੀਤ ਆਉਂਦੇ ਨੇ, ਬੁੱਧੀ ਮੰਡਲ ਤੋਂ ਥੱਲੇ ਜੋ ਚਲਾ ਗਿਆ ਔਰ ਬੁੱਧੀ ਮੰਡਲ ਤੋਂ ਜੋ ਉੱਪਰ ਉੱਠ ਗਿਆ, ਪਰੇ ਦੀ ਦੁਨੀਆ ਚਲਾ ਗਿਆ। ਇਹ ਦੋ ਤਰ੍ਹਾਂ ਦੇ ਮਨੁੱਖ ਸਮਾਜ ਨਾਲ ਆਪਣਾ ਰਿਸ਼ਤਾ ਜੋੜਨ ਵਿੱਚ ਅਸਮਰਥ ਹੋ ਜਾਂਦੇ ਨੇ। ਇੱਕ ਬਹੁਤ ਥੱਲੇ ਚਲਾ ਗਿਆ, ਇੱਕ ਬਹੁਤ ਉੱਪਰ ਉੱਠ ਗਿਆ। ਇੱਕ ਦੀ ਗੱਲ ਇਤਨੀ ਨੀਵੀਂ ਕਿ ਪੈਰਾਂ ਦੇ ਥੱਲੋਂ ਲੰਘਦੀ ਏ, ਇੱਕ ਦੀ ਗੱਲ ਇਤਨੀ ਉੱਚੀ ਕਿ ਸਿਰ ਦੇ ਉੱਪਰੋਂ ਲੰਘਦੀ ਏ। ਤੋ ਤੀਸਰਾ ਚੱਕਰ ਹੈ ਮਣੀਪੁਰ। ਜੈਸੇ ਜੀਵਨ ਸ਼ਕਤੀ ਜਪ ਕਰਦੇ ਹਾਂ, ਤਪ ਕਰਦੇ ਹਾਂ, ਇਸ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਏ, ਵਿਚਾਰਾਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਫੁਰਨਿਆਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਵਿਚਾਰਾਂ ਦਾ ਬੋਝ, ਵਿਚਾਰਾਂ ਦਾ ਤਣਾਅ ਆਖਰ ਖਤਮ ਹੁੰਦਾ। ਬਹੁਤਾ ਬੰਦਾ ਵਿਚਾਰੇ, ਦਾਰਸ਼ਨਿਕ, ਫਿਲੋਸਫਰ ਆਖਰ ਜ਼ਹਿਨੀ ਤੌਰ 'ਤੇ ਬੋਝਲ ਤੇ ਹੋਵੇਗਾ, ਲਾਜ਼ਮੀ ਹੋਵੇਗਾ। ਔਰ ਜਦ ਜ਼ਿਆਦਾ ਸੋਚੇਗਾ ਤਾਂ ਜੀਵਨ ਕੋਈ ਸਾਰਥਕ ਪ੍ਰਤੀਤ ਨਹੀਂ ਹੋਵੇਗਾ, ਜ਼ਿਆਦਾ ਸੋਚੇਗਾ ਤਾਂ ਸੰਸਾਰ ਦੀ ਅਹਿਮੀਅਤ ਖਤਮ ਹੋਵੇਗੀ, ਜ਼ਿਆਦਾ ਸੋਚੇਗਾ ਉਹਨੂੰ ਇਹ ਵੀ ਮਹਿਸੂਸ ਹੋਵੇਗਾ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ, ਤੋ ਬੇਜ਼ਾਰ ਹੋ ਜਾਏਗਾ, ਬੇਚੈਨ ਹੋ ਜਾਏਗਾ। ਬੇਚੈਨੀ, ਬੇਜ਼ਾਰੀ ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਪਸ਼ੂ ਕਦੀ ਬੇਜ਼ਾਰ ਨਹੀਂ ਹੁੰਦੇ, ਪਸ਼ੂ ਕਦੀ ਬੇਚੈਨ ਨਹੀਂ ਹੁੰਦੇ, ਕਿਉਂ? ਸੋਚਦੇ ਹੀ ਨਹੀਂ, ਬਸ ਖਾਣਾ ਪੀਣਾ, ਸੋ ਜਾਣਾ ਔਰ ਬੱਚੇ ਪੈਦਾ ਕਰਨੇ, ਵਕਤੀ ਤੌਰ 'ਤੇ ਉਹਨਾਂ ਦੀ ਪਾਲਣਾ ਕਰ ਲੈਣੀ, ਬਸ ਇਹੀ ਪਸ਼ੂ ਦੀ ਜ਼ਿੰਦਗੀ ਹੈ। ਪਸ਼ੂ ਕਦੀ ਬੋਰ ਨਹੀਂ ਆਉਂਦਾ, ਪਸ਼ੂ ਕਦੀ ਬੇਚੈਨ ਨਹੀਂ ਆਉਂਦਾ, ਪਸ਼ੂ ਕਦੀ ਦੁਖੀ ਨਹੀਂ ਆਉਂਦਾ। ਔਰ ਇਸ ਵਾਸਤੇ ਪਸ਼ੂ ਕਦੀ ਪਾਗਲ ਵੀ ਨਹੀਂ ਆਉਂਦੇ। ਹਾਂ, ਉਹੀ ਪਸ਼ੂ ਪਾਗਲ ਹੁੰਦੇ ਨੇ ਜਿਨ੍ਹਾਂ ਨੂੰ ਮਜਬੂਰਨ ਮਨੁੱਖ ਦੀ ਸੰਗਤ ਵਿੱਚ ਰਹਿਣਾ ਪੈ ਜਾਂਦਾ, ਵਰਨਾ ਪਸ਼ੂ ਕਦੀ ਪਾਗਲ ਨਹੀਂ ਆਉਂਦੇ। ਕਿਉਂ? ਕਿ ਬੇਚੈਨ ਹੀ ਨਹੀਂ ਆਉਂਦੇ। ਬੇਚੈਨ ਹੋਣ ਵਾਸਤੇ, ਬੇਜ਼ਾਰ ਹੋਣ ਵਾਸਤੇ ਸੋਚਣਾ ਤੇ ਚਾਹੀਦਾ। ਤੋ ਜਗਤ ਦੇ ਜਿਤਨੇ ਸਿਆਣੇ ਮਨੁੱਖ ਹੋਏ ਨੇ, ਸਭ ਤੋਂ ਜ਼ਿਆਦਾ ਬੇਚੈਨ ਮਨੁੱਖ ਨੇ, ਸਭ ਤੋਂ ਜ਼ਿਆਦਾ ਪਰੇਸ਼ਾਨ ਮਨੁੱਖ ਨੇ। ਗਾਲਬ ਦਾ ਤੇ ਕਹਿਣਾ ਹੈ, ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਇੱਕ ਹੋਰ ਆਲਮ ਦਾ ਕਹਿਣਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਿਆਣਾ ਬੰਦਾ ਬੇਚੈਨ ਹੋ ਜਾਏਗਾ, ਸੋਚਣ ਵਾਲਾ ਬੇਜ਼ਾਰ ਹੋ ਜਾਏਗਾ। ਬੇਜ਼ਾਰੀ, ਬੇਚੈਨੀ ਇਸ ਗੱਲ ਦਾ ਪ੍ਰਤੀਤ ਹੈ ਕਿ ਇਹ ਬੰਦਾ ਬਹੁਤ ਸੋਚ ਰਿਹਾ, ਬਹੁਤ ਸੋਚ ਰਿਹਾ। ਛੁਟਕਾਰਾ ਕਿਸ ਤਰ੍ਹਾਂ ਹੋਵੇ?
ਜਾਂ ਤੇ ਬੁੱਧੀ ਮੰਡਲ ਤੋਂ ਬੰਦਾ ਥੱਲੇ ਗਿਰੇ ਜਾਂ ਫਿਰ ਬੁੱਧੀ ਮੰਡਲ ਤੋਂ ਉੱਚਾ ਉੱਠੇ। ਥੱਲੇ ਗਿਰਨਾ ਜ਼ਰਾ ਸੌਖਾ ਹੈ, ਇਸ ਵਾਸਤੇ ਜਗਤ ਦੇ ਤਮਾਮ ਸਿਆਣੇ ਮਨੁੱਖ ਸ਼ਰਾਬ ਦੇ ਰਸੀਆ ਬਣ ਜਾਂਦੇ ਨੇ। ਚਾਹੇ ਕਵੀ ਨੇ, ਸਾਹਿਤਕਾਰ ਨੇ, ਕਲਮ ਦੇ ਧਨੀ ਨੇ, ਦਿਮਾਗ ਦੇ ਧਨੀ ਨੇ, ਜ਼ਿਆਦਾ ਸੋਚਣ ਵਾਲੇ ਨੇ, ਅਕਸਰ ਸ਼ਰਾਬ ਦੀ ਪਰਿਕਰਮਾ ਕਰਦੇ ਨੇ ਔਰ ਬੁੱਧੀ ਮੰਡਲ ਤੋਂ ਥੱਲੇ ਗਿਰ ਜਾਂਦੇ ਨੇ। ਉਹਦਾ ਇੱਕੋ ਇੱਕ ਕਾਰਨ, ਬਹੁਤਾ ਸੋਚਦੇ ਨੇ ਬਹੁਤੀ ਬੇਚੈਨੀ, ਬਹੁਤਾ ਸੋਚਦੇ ਨੇ ਬਹੁਤਾ ਹੀ ਗਮ, ਬਹੁਤਾ ਸੋਚਦੇ ਨੇ ਬਹੁਤੀ ਬੇਜ਼ਾਰੀ, ਕਿਉਂਕਿ ਪ੍ਰਤੀਤ ਹੋ ਜਾਂਦਾ ਜਗਤ ਤੇ ਕੁਛ ਵੀ ਨਹੀਂ, ਇਹ ਜੀਵਨ ਤੇ ਕੁਛ ਵੀ ਨਹੀਂ। ਤੋ ਇੱਕੋ ਇੱਕ ਆਸਰਾ ਰਹਿ ਜਾਂਦਾ ਬੁੱਧੀ ਤੋਂ ਥੱਲੇ ਗਿਰਨ ਦਾ, ਸ਼ਰਾਬ। ਪਰ ਇੱਕ ਹੋਰ ਵੀ ਸਹਾਰਾ ਹੈ, ਗੁਰਬਾਣੀ ਕਹਿੰਦੀ ਹੈ ਅਕਲ ਤੋਂ ਉੱਚੇ ਉੱਠ ਜਾ, ਇਸ ਸੋਚ ਬੇਜ਼ਾਰੀ ਬੇਚੈਨੀ ਦੀ ਦੁਨੀਆ ਤੋਂ ਉੱਚੇ ਉੱਠ ਜਾ। ਪਰ ਉਹ ਮਦਰਾ ਬਾਜ਼ਾਰ ਵਿੱਚ ਵਿਕਦੀ ਨਹੀਂ, ਉਹ ਮਦਰਾ ਖੁਦ ਬਣਾਉਣੀ ਪੈਂਦੀ ਹੈ। ਉਸਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ ਜਨਮ ਸਾਖੀ ਦੀ ਪੰਕਤੀ ਵਿੱਚ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਦਿਨ ਰਾਤ ਜਪ ਕਰਦਿਆਂ ਤਪ ਕਰਦਿਆਂ ਜਦ ਜੀਵਨ ਸ਼ਕਤੀ ਮਣੀਪੁਰ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਵਿਚਾਰਾਂ ਦੀ ਦੁਨੀਆ ਖਤਮ, ਫੁਰਨਿਆਂ ਦੀ ਦੁਨੀਆ ਖਤਮ, ਸੋਚਣ ਦੀ ਦੁਨੀਆ ਖਤਮ। ਬੁੱਧੀ ਜਿੱਥੇ ਤੱਕ ਸੋਚ ਸਕਦੀ ਸੀ ਉਸ ਸੀਮਾ ਨੂੰ ਛੂ ਲਿਆ ਗਿਆ ਤੇ ਹੁਣ ਸੀਮਾ ਤੋਂ ਪਾਰ ਜਾਣ ਦੀ ਤਿਆਰੀ ਹੈ, ਬੁੱਧੀ ਮੰਡਲ ਤੋਂ ਅੱਗੇ ਜਾਣ ਦੀ ਤਿਆਰੀ ਹੈ। ਇਸ ਵਾਸਤੇ ਅਕਸਰ ਧਾਰਮਿਕ ਸਿਆਣੇ ਕਹਿੰਦੇ ਨੇ ਕਿ ਮਨੁੱਖ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ ਰੱਬ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਸੰਸਾਰ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ ਪਰਮਾਤਮਾ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਇਸ ਵਾਸਤੇ ਪਰਮਾਤਮਾ ਨੂੰ ਕਦੀ ਬੁੱਧੀ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਆਪਣੇ ਸੋਚ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਜੀਵਨ ਸ਼ਕਤੀ ਜੋ ਕੁੰਡਲ ਮਾਰ ਕੇ ਨਾਭੀ ਤੋਂ ਥੱਲੇ ਸੁੱਤੀ ਪਈ ਹੈ ਔਰ ਜਿਸਦਾ ਧਿਆਨ ਜਿਸਦਾ ਮੂੰਹ ਥੱਲੇ ਦੀ ਤਰਫ ਹੈ ਉਸਨੂੰ ਉੱਪਰ ਕੈਸੇ ਉਠਾਇਆ ਜਾਏ ਤੇ ਆਗਿਆ ਚੱਕਰ ਨੂੰ ਵਿੰਨ ਕੇ ਪਰਮ ਆਨੰਦ ਦੀ ਦੁਨੀਆ ਵਿੱਚ ਇਹ ਸ਼ਕਤੀ ਕਿਸ ਤਰ੍ਹਾਂ ਪਹੁੰਚੇ। ਇਹ ਸਾਧਨਾ ਗੁਰਬਾਣੀ ਵਿੱਚ ਜੋ ਦੱਸੀ ਗਈ ਹੈ ਉਸਦੀ ਮੂਲ ਪੰਕਤੀ ਇਹ ਹੈ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਗੁਰਬਾਣੀ ਦਾ ਜਪ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ, ਸਾਧ ਸੰਗਤ ਵਿੱਚ ਬੈਠਦਿਆਂ ਕੁੰਡਲਨੀ ਜਾਗ ਪਈ, ਸੁਰਜ ਗਈ, ਸੁੱਤੀ ਹੋਈ ਕੁੰਡਲਨੀ ਜਾਗ ਪਈ ਜੋ ਕੁੰਡਲ ਮਾਰ ਕੇ ਜੀਵਨ ਸ਼ਕਤੀ ਬੈਠੀ ਸੀ। ਮੂਲਾਧਾਰ ਨੂੰ ਵਿੰਨ ਕੇ ਅੱਗੇ ਗਈ, ਵਾਸ਼ਨਾ ਦਾ ਜਗਤ ਖਤਮ। ਸਭ ਦੇ ਸ਼ਟਾਨ ਨੂੰ ਵਿੰਨ ਕੇ ਅੱਗੇ ਗਈ, ਮੌਤ ਦਾ ਭੈ ਖਤਮ। ਔਰ ਮਣੀਪੁਰ ਨੂੰ ਵਿੰਨ ਕੇ ਜਿਉਂ ਅੱਗੇ ਗਈ ਤਾਂ ਮਾਨਸਿਕ ਮੰਡਲ ਵੀ ਖਤਮ, ਮਨੁੱਖ ਦਾ ਮਨੁੱਖ ਹੋਣਾ ਵੀ ਖਤਮ। ਹੁਣ ਉਸਨੇ ਪੈਰ ਉੱਥੇ ਰੱਖ ਦਿੱਤੇ ਨੇ ਜਿੱਥੇ ਮਨੁੱਖ ਦੇਵਤਾ ਹੋਣਾ ਸ਼ੁਰੂ ਹੁੰਦਾ। ਹੁਣ ਦੇਵਤੇ ਦਾ ਜਨਮ ਹੋਣਾ ਸ਼ੁਰੂ ਹੋਇਆ, ਹੁਣ ਫਰਿਸ਼ਤਾ ਗਰਭ ਵਿੱਚ ਆ ਗਿਆ, ਇਹਦਾ ਜਨਮ ਹੋਵੇਗਾ। ਕਿਉਂਕਿ ਮਣੀਪੁਰ ਤੋਂ ਅੱਗੇ ਚਲਾ ਗਿਆ, ਸੋਚ ਮੰਡਲ ਤੋਂ ਵੀ ਅੱਗੇ ਚਲਾ ਗਿਆ, ਵਿਚਾਰ ਸ਼ਕਤੀ ਤੋਂ ਵੀ ਅੱਗੇ ਚਲਾ ਗਿਆ। ਅਗਲਾ ਚੌਥਾ ਜੋ ਚੱਕਰ ਹੈ ਇਹਨੂੰ ਅਨਾਹਤ ਚੱਕਰ ਕਿਹਾ। ਜਪ ਕਰਦਿਆਂ ਤਪ ਕਰਦਿਆਂ ਜੀਵਨ ਸ਼ਕਤੀ ਜਦ ਇਸ ਅਨਾਹਤ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ
ਤਾਂ ਸਾਜ਼ ਦੁਨੀਆਂ ਅਨੇਕਾਂ ਵਾਜੇ ਇਸ ਮਨੁੱਖ ਦੇ ਅੰਦਰ ਵੱਜ ਪੈਂਦੇ ਨੇ। ਆਨੰਦ ਮੰਗਲ ਦੁਨੀਆਂ ਦੀ ਝੰਕਾਰ ਚਾਰੋਂ ਪਾਸੇ ਗੂੰਜਣ ਲੱਗ ਪੈਂਦੀ ਹੈ। ਪਰਮਾਤਮਾ ਦਾ ਨਾਦ ਚਾਰੋਂ ਪਾਸੇ ਸੁਣਾਈ ਦਿੰਦਾ ਹੈ। ਹੁਣ ਉਹ ਹਰ ਪਾਸੇ, ਹਰ ਥਾਂ, ਹਰ ਵਕਤ ਸੁਣ ਰਿਹਾ, ਪਰਮਾਤਮਾ ਨੂੰ ਹੀ ਸੁਣ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਬਦਲਾਂ ਦੀ ਗਰਜਨ ਪਰਮਾਤਮਾ ਦਾ ਹੀ ਨਾਦ ਹੈ। ਹੁਣ ਲਹਿਰਾਂ ਦੇ ਟਕਰਾਓ ਤੋਂ ਸ਼ੋਰ ਪਰਮਾਤਮਾ ਦੇ ਹੀ ਬੋਲ ਨੇ। ਹੁਣ ਪੰਛੀਆਂ ਦੀ ਚਹਿਚਹਾਟ ਈਸ਼ਵਰ ਦਾ ਹੀ ਗੀਤ ਹੈ। ਹੁਣ ਮਨੁੱਖੀ ਦੁਨੀਆਂ ਦੀ ਆਵਾਜ਼ ਪ੍ਰਭੂ ਦੇ ਹੀ ਬੋਲ ਨੇ। ਆਹਤ ਸ਼ਬਦ ਤੋਂ ਅਨਾਹਤ ਦੀ ਦੁਨੀਆ ਆਰੰਭ ਹੋ ਗਈ। ਅੰਦਰ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਪਏ, ਜਿਸ ਦਾ ਜ਼ਿਕਰ ਮੇਰੇ ਪਾਤਸ਼ਾਹ ਇੰਜ ਕਰਦੇ ਨੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਦੇਖਣ ਵਿੱਚ ਐਸਾ ਆਇਆ ਹੈ ਕਿ ਸਾਜ਼ ਆਵਾਜ਼ ਗੀਤ ਦੇ ਜਨਮ ਦਾਤੇ ਮਹਾਂਪੁਰਸ਼ ਹੋਏ ਨੇ, ਈਸ਼ਵਰੀ ਲੋਕ ਹੋਏ ਨੇ, ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਿਆ ਹੈ। ਦੇਖਦਿਆਂ ਡਮਰੂ ਸ਼ਿਵਜੀ ਦੇ ਹੱਥ ਵਿੱਚ ਹੈ, ਇੱਕ ਤਾਰਾ ਨਾਰਦ ਤੇ ਮੀਰਾਂ ਦੇ ਕੋਲ ਹੈ, ਈਰਾਨ ਦੇ ਸੂਫੀ ਫਕੀਰਾਂ ਦੇ ਹੱਥ ਵਿੱਚ ਰਬਾਬ ਦਿਖਾਈ ਦਿੰਦਾ, ਹਿੰਦੁਸਤਾਨ ਦੇ ਭਗਤਾਂ ਦੇ ਕੋਲ ਖੜਤਾਲਾਂ ਤੇ ਢੋਲਕ ਦਿਖਾਈ ਦਿੰਦੇ ਨੇ, ਔਰ ਇਹਨਾਂ ਦੇ ਉਹ ਜਨਮਦਾਤੇ ਨੇ, ਬੀਣਾਂ ਦੇ ਸੁਰਸਤੀ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ। ਸਰੰਦੇ ਦੇ ਜਨਮਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਕਿਉਂਕਿ ਅਨਾਹਦ ਨਾਦ ਦੇ ਵੀ ਜਨਮਦਾਤੇ ਉਹੀ ਨੇ। ਰੱਬੀ ਸੰਗੀਤ ਸਭ ਤੋਂ ਪਹਿਲੇ ਉਹਨਾਂ ਨੇ ਸੁਣਿਆ। ਇਸ ਵਾਸਤੇ ਧਾਰਮਿਕ ਦੁਨੀਆਂ ਦੇ ਲੋਕਾਂ ਨੇ ਨਾਰਾ ਲਾਇਆ ਕਿ ਅਨਾਹਦ ਨਾਦ ਸੰਗੀਤ ਜਿਤਨਾ ਈਸ਼ਵਰ ਦੇ ਨੇੜੇ ਹੈ, ਇਤਨਾ ਹੋਰ ਕੁਛ ਵੀ ਨੇੜੇ ਨਹੀਂ। ਗੁਰੂ ਨਾਨਕ ਦਾ ਤੇ ਮਾਰਗ ਹੀ ਗੀਤ ਸੰਗੀਤ ਹੈ। ਗੁਰੂ ਨਾਨਕ ਨੇ ਕੋਈ ਵਰਤ ਨਹੀਂ ਰੱਖੇ, ਪ੍ਰਾਣਾਯਮ ਨਹੀਂ ਕੀਤੇ। ਗੁਰੂ ਨਾਨਕ ਨੇ ਕੋਈ ਪੁੱਠਾ ਲਟਕ ਕੇ ਤਪ ਨਹੀਂ ਕੀਤਾ, ਕੋਈ ਗੁਫਾ ਵਿੱਚ ਨਹੀਂ ਬੈਠੇ, ਭੋਰਿਆਂ 'ਚ ਨਹੀਂ ਬੈਠੇ। ਗੁਰੂ ਨਾਨਕ ਨੇ ਸਿਰਫ ਗਾਵਿਆ, ਰਬਾਬ ਦੀ ਧੁਨ ਤੇ ਈਸ਼ਵਰੀ ਗੀਤਾਂ ਨੂੰ ਜਨਮ ਦਿੱਤਾ ਹੈ, ਸਿਰਫ ਗਾਇਆ ਹੈ, ਪਰ ਇਤਨੀ ਇਕਾਗਰਤਾ ਦੇ ਨਾਲ ਗਾਇਆ ਹੈ, ਇਤਨਾ ਟਿਕ ਕੇ ਗਾਇਆ ਹੈ ਕਿ ਗੁਰੂ ਨਾਨਕ ਦਾ ਗਾਵਣਾ ਹੀ ਜਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਤਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਯੋਗ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਸਮਾਧੀ ਬਣ ਗਿਆ। ਯੋਗ ਬਣਿਆ ਤੇਰਾ ਕੀਰਤਨ ਗਾਈ। ਦੁਨੀਆਂ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜਿਸਨੇ ਗਾ ਗਾ ਕੇ ਲੋਕਾਂ ਨੂੰ ਬਦਲਿਆ। ਸੱਜਣ ਠੱਗ ਹੈ, ਉੱਥੇ ਵੀ ਸਤਿਗੁਰੂ ਇਹੀ ਕਹਿੰਦੇ ਨੇ, ਮਰਦਾਨਿਆਂ ਰਬਾਬ ਛੇੜ, ਰੱਬੀ ਕਲਾਮ ਆਈ ਹੈ। ਉੱਜਲ ਕਿਹਾ ਚਿਲਕਣਾ, ਘੋਟਣਮ ਕਾਲੜੀ ਮਸ, ਇਹ ਧੋਤਿਆਂ ਝੂਠ ਨਾ ਉਤਰੇ, ਜਿਸੋਂ ਦੋਵਾਂ ਦਿਸ। ਗਾਉਣ ਲੱਗ ਪਏ, ਗਾਉਂਦਿਆਂ ਹੀ ਧੁਨ ਸੁਣ ਕੇ ਸੱਜਣ ਦਾ ਹਿਰਦਾ ਪਸੀਜਿਆ। ਸਤਿਗੁਰ ਨੇ ਗਹਿਰੀ ਚੋਟ ਕੀਤੀ ਹੈ, ਸੱਜਣ ਤੂੰ ਠੱਗ ਬਣ ਕੇ ਠੱਗੀ ਕਰ, ਸੱਜਣ ਬਣ ਕੇ ਠੱਗੀ ਨਾ ਕਰ। ਜਦ ਤੂੰ ਠੱਗ ਬਣ ਕੇ ਠੱਗੀ ਕਰੇਗਾ ਤਾਂ ਫਿਰ ਬਹੁਤੇ ਬੰਦੇ ਮਾਰ ਨਹੀਂ ਖਾਣਗੇ,
ਪਰ ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਤਾਂ ਬਹੁਤੇ ਤੇਰੀ ਇਸ ਠੱਗੀ ਦੀ ਲਪੇਟ ਵਿੱਚ ਆ ਜਾਂਦੇ ਨੇ, ਬਹੁਤੇ ਦੁਖੀ ਹੁੰਦੇ ਨੇ, ਬਹੁਤੇ ਬੇਜ਼ਾਰ ਹੁੰਦੇ ਨੇ। ਠੱਗੀ ਕਰ, ਠੱਗ ਬਣ ਕੇ, ਸੱਜਣ ਬਣ ਕੇ ਨਹੀਂ, ਬਚਨ ਚੋਟ ਕਰ ਗਏ। ਇਹ ਠੱਗ ਵਾਕਈ ਸਾਧੂ ਬਣ ਗਿਆ। ਚਾਹੇ ਚੋਰ ਗੁਰੂ ਨਾਨਕ ਨੂੰ ਮਿਲੇ, ਠੱਗ ਮਿਲੇ, ਦੈਂਤ ਮਿਲੇ, ਸ਼ੈਤਾਨ ਮਿਲੇ, ਜਾਂ ਜੋਗੀ ਜੰਗਮ ਮਿਲੇ, ਸੰਨਿਆਸੀ ਮਿਲੇ, ਤਪੀਸ਼ਵਰ ਮਿਲੇ, ਜਪੀਸ਼ਵਰ ਮਿਲੇ, ਗੁਰੂ ਨਾਨਕ ਗਾ ਕੇ ਹੀ ਸਾਰਿਆਂ ਦੇ ਹਿਰਦੇ ਸ਼ੁੱਧ ਕਰਦੇ ਰਹੇ ਔਰ ਗਾ ਗਾ ਕੇ ਹੀ ਲੋਕਾਂ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਦੇ ਰਹੇ। ਜਗਤ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜੋ ਹਰ ਥਾਂ 'ਤੇ ਗਾਉਂਦਾ ਹੈ, ਹਰ ਵਕਤ ਗਾਉਂਦਾ ਹੈ, ਹਰ ਵੇਲੇ ਗਾਉਂਦਾ ਹੈ। ਇਤਨਾ ਗੀਤ ਸੰਗੀਤ ਗੁਰੂ ਨਾਨਕ ਦੇ ਅੰਦਰੋਂ ਜਨਮ ਲੈਂਦਾ ਹੈ। ਪੁੱਛੀਏ ਆਪ ਨੂੰ ਕੀਰਤਨ ਸਿਖਾਉਣ ਵਾਲੇ ਕੌਣ ਸਨ, ਕਿਸ ਕੋਲ ਰਾਗ ਦੀ ਧੁਨ ਆਪਨੇ ਸਿੱਖੀ ਹੈ, ਕਵਿਤਾ ਕਿਸ ਕੋਲ ਸਿੱਖੀ ਹੈ, ਕਿਸੇ ਕੋਲ ਨਹੀਂ, ਪਰਿਪੂਰਨ ਪਰਮਾਤਮਾ ਨਾਲ ਜੈਸੇ ਸੁਰਤ ਜੁੜੀ ਹੈ। ਔਰ ਧਿਆਨ ਜੀਵਨ ਸ਼ਕਤੀ ਅਨਾਹਦ ਚੱਕਰ ਨੂੰ ਵਿੰਨ ਕੇ ਜੈਸੇ ਅੱਗੇ ਲੰਘੀ ਹੈ, ਸੰਗੀਤ ਦੀ ਦੁਨੀਆ ਆਰੰਭ ਹੋ ਗਈ। ਸੰਗੀਤ ਸਿੱਖਣਾ ਕੀ, ਜੀਵਨ ਸੰਗੀਤ ਹੋ ਗਿਆ। ਹੁਣ ਗੀਤ ਸਿੱਖਣਾ ਕੀ ਹੈ, ਜ਼ਿੰਦਗੀ ਹੀ ਗੀਤ ਬਣ ਗਈ। ਹੁਣ ਕਵਿਤਾ ਕੀ ਸਿੱਖਣੀ ਹੈ, ਹੁਣ ਹਰ ਬੋਲ ਕਵਿਤਾ ਹੈ, ਹੁਣ ਹਰ ਬੋਲ ਰਾਗ ਹੈ, ਹੁਣ ਵੇਖਣਾ ਹੁਣ ਬੋਲਣਾ ਸਭ ਰਾਗ ਹੈ, ਸਭ ਸੰਗੀਤ ਹੈ, ਸਭ ਗੀਤ ਹੈ। ਗੀਤ ਸੰਗੀਤ ਕੀ ਆਉਂਦਾ ਹੈ, ਕਿਸੇ ਪਰਮ ਕੋ ਪੁਰਖ ਕੋਲ ਬੈਠ ਕੇ ਹੀ ਪਤਾ ਚੱਲਦਾ ਹੈ ਕਿ ਵਾਕਈ ਗੀਤ ਅਤੇ ਸੰਗੀਤ ਕੀ ਹੈ। ਅਸਲੀ ਗੀਤ ਸੰਗੀਤ ਦੀ ਦੁਨੀਆ 'ਚ ਰਹਿੰਦੇ ਨੇ, ਪਰਮ ਪੁਰਖ ਹੈ, ਬਾਕੀ ਤਾਂ ਦੁਨੀਆ ਨਕਲ ਕਰਦੀ ਹੈ। ਜੈਸੇ ਅਸਲੀ ਰਾਜੇ ਹੁੰਦੇ ਨੇ ਸੰਤ ਜਨ, ਰਾਜੇ ਦਾ ਮਤਲਬ ਹੈ ਰਜੇ ਹੋਇਆ ਤ੍ਰਿਪਤ, ਅਸਲੀ ਰਾਜੇ ਅਤੇ ਸੰਤ ਜਨ ਨੇ। ਤਖਤ ਦੇ ਉੱਤੇ ਬੈਠਣ ਵਾਲੇ ਰਾਜੇ ਨਹੀਂ, ਕਿਉਂਕਿ ਤਖਤ ਦੇ ਉੱਤੇ ਬੈਠਣ ਵਾਲੇ ਕਈ ਦਫ਼ਾ ਤਖਤੇ 'ਤੇ ਵੀ ਲਟਕਾਏ ਜਾਂਦੇ ਨੇ। ਪੂਰਨ ਸਕੂਨ ਤਖਤ 'ਤੇ ਬੈਠ ਕੇ ਵੀ ਨਸੀਬ ਨਹੀਂ ਆਉਂਦਾ। ਇਸ ਵਾਸਤੇ ਇੱਕ ਆਲਮ ਦਾ ਤੇ ਕਹਿਣਾ ਹੈ, ਇੱਕ ਖੇਲ ਹੈ ਔਰੰਗ ਸੁਲੇਮਾਂ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ ਮਸੀਹਾ ਮੇਰੇ ਆਗੇ। ਮੈਂ ਉਸ ਦੁਨੀਆਂ ਵਿੱਚ ਪਹੁੰਚਿਆ ਜਿੱਥੇ ਤਖਤ ਸੁਲੇਮਾਨੀ ਵੀ ਇੱਕ ਖੇਲ ਹੈ, ਇੱਕ ਤਮਾਸ਼ਾ ਹੈ, ਕੁਛ ਵੀ ਨਹੀਂ। ਤੋ ਅਨਾਹਦ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਵਾਜਿਆਂ ਗਾਜਿਆਂ ਦੀ ਦੁਨੀਆ ਆਰੰਭ ਹੋਈ, ਗੀਤ ਸੰਗੀਤ ਦੀ ਦੁਨੀਆ ਆਰੰਭ ਹੋਈ। ਐਸੇ ਗੀਤ ਸੰਗੀਤ ਜੋ ਕਦੀ ਬੰਦ ਨਹੀਂ ਹੁੰਦੇ, ਨਵੇਂ ਤੋਂ ਨਵੇਂ ਗੀਤ ਦਾ ਜਨਮ, ਨਵੇਂ ਤੋਂ ਨਵੇਂ ਰਾਗ ਦੀ ਧੁਨ ਦਾ ਜਨਮ। ਸਤਪੁਰਸ਼ ਹਮੇਸ਼ਾ ਮਸਤੀ 'ਚ ਰਹਿੰਦਾ ਹੈ, ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ। ਕਿਉਂ ਕਿ ਉਸ ਮਹਿਫਿਲ ਵਿੱਚ ਬੈਠਾ ਹੈ ਜਿੱਥੇ ਦਿਨ ਰਾਤ ਰਾਗ ਰੰਗ ਹੈ, ਜਿੱਥੇ ਰਾਗ ਹੋਵੇ ਉੱਥੇ ਹੀ ਰੰਗ ਹੈ। ਰਾਗ ਦਾ ਮਤਲਬ ਖੇੜਾ, ਖੁਸ਼ੀ, ਜਿੱਥੇ ਖੁਸ਼ੀ ਨਹੀਂ ਉੱਥੇ ਰੰਗ ਕਾਹਦਾ। ਅਕਸਰ ਹਿੰਦੁਸਤਾਨ ਵਿੱਚ ਜਦ ਘਰ ਵਿੱਚ ਕੋਈ ਖੁਸ਼ੀ ਹੈ, ਸ਼ਗਨ ਹੈ, ਤਾਂ ਕੇਸਰ ਛਿੜਕਦੇ ਨੇ, ਰੰਗ ਛਿੜਕਦੇ ਨੇ, ਗੁਲਾਲ ਛਿੜਕਦੇ ਨੇ। ਰੰਗ ਛਿੜਕਣਾ ਖੁਸ਼ੀ ਨੂੰ ਪ੍ਰਗਟ ਕਰਨਾ ਹੈ। ਪਰ ਇੱਕ ਐਸੀ ਦੁਨੀਆ ਹੈ ਜਦ ਅਨਾਹਦ ਨਾਦ ਨੂੰ ਵਿੰਨ ਕੇ ਸੁਰਤ ਸ਼ਕਤੀ ਉੱਪਰ ਉੱਠਦੀ ਹੈ, ਤਾਂ ਅੰਦਰੋਂ ਐਸੀ ਇੱਕ ਖੁਸ਼ੀ ਦਾ ਜਨਮ ਆਉਂਦਾ ਹੈ, ਐਸੇ ਇੱਕ ਰੰਗ ਦਾ ਜਨਮ ਆਉਂਦਾ ਹੈ ਕਿ ਜਗਤ ਦੇ ਤਮਾਮ ਰੰਗ ਫਿੱਕੇ ਪੈ ਜਾਂਦੇ ਨੇ, ਜਗਤ ਦੀਆਂ ਤਮਾਮ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ, ਹੇ ਪਰਿਪੂਰਨ ਪਰਮਾਤਮਾ, ਜੇ ਤੇਰੇ ਨਾਮ ਦੀ ਖੁਸ਼ੀ ਹੈ ਉਹ ਪਰਿਵਾਰ ਵਿੱਚ ਨਹੀਂ ਮਿਲ ਸਕਦੀ,
ਸੰਸਾਰ ਵਿੱਚ ਨਹੀਂ ਮਿਲ ਸਕਦੀ। ਜਗਲ ਦੇ ਕਿਸੇ ਮਾਹੌਲ ਵਿੱਚ ਇਸ ਖੁਸ਼ੀ ਨੂੰ ਲੱਭਣਾ ਬਹੁਤ ਔਖਾ ਹੈ। ਹੇ ਪ੍ਰਭੂ, ਜੋ ਤੇਰੇ ਨਾਮ ਦੇ ਵਿੱਚ ਇਹ ਖੁਸ਼ੀ ਨਸੀਬ ਹੋਈ ਹੈ, ਆਨੰਦ ਨਸੀਬ ਹੋਇਆ। ਅਨਾਹਦ ਨਾਦ ਇਸੇ ਨੂੰ ਹੀ ਪਰਮ ਪੁਰਖ ਗਾ ਗਾ ਕੇ ਪ੍ਰਗਟ ਕਰਦੇ ਨੇ, ਤਾਂ ਕਿ ਜਗਤ ਤੱਕ ਥੋੜ੍ਹੀ ਬਹੁਤ ਅਨਾਹਦ ਨਾਦ ਦੀ ਸੂਹ ਪਹੁੰਚਾਈ ਜਾ ਸਕੇ। ਉਂਝ ਤੇ ਇਸ ਨਾਦ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਔਰ ਇਹ ਨਾਦ ਘੱਟ ਘੱਟ ਦੇ ਵਿੱਚ ਵੱਜ ਰਿਹਾ। ਲੇਕਿਨ ਫਿਰ ਵੀ ਪਰਮ ਪੁਰਖਾਂ ਨੇ ਕੋਸ਼ਿਸ਼ ਕੀਤੀ, ਕੁਝ ਮਹਿਕ ਪਹੁੰਚੇ, ਕੁਝ ਭਨਕ ਸੰਸਾਰੀਆਂ ਤੱਕ ਪਹੁੰਚੇ, ਤਾਂ ਕਿ ਉਹ ਵੀ ਇਸ ਗਗਨ ਮੰਡਲ ਨੂੰ ਛੂਹ ਸਕਣ, ਉਹ ਵੀ ਇਸ ਪਰਮ ਆਨੰਦ ਨੂੰ ਮਾਣ ਸਕਣ। ਸਾਧਕ ਦੀ ਸਾਧਨਾ ਜਾਰੀ ਹੈ, ਜਪ ਜਾਰੀ ਹੈ, ਤਪ ਜਾਰੀ ਹੈ। ਸਹਿਜੇ ਸਹਿਜੇ ਸੁਰਤ ਪਹੁੰਚ ਗਈ ਵਿਸ਼ੁੱਧ ਚੱਕਰ ਤੱਕ। ਇਹ ਚੱਕਰ ਕੰਠ ਦੇ ਵਿੱਚ ਹੈ, ਔਰ ਜੈਸੇ ਇਸ ਚੱਕਰ ਨੂੰ ਵਿੰਨ ਕੇ ਸ਼ਕਤੀ ਉੱਪਰ ਉੱਠਦੀ ਹੈ, ਮਨੁੱਖ ਦੀ ਰਸਨਾ, ਸਾਧਕ ਦੀ ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ। ਇੱਥੇ ਹੀ ਆ ਕੇ ਕਹਿੰਦੇ ਨੇ ਕਿ ਪਰਮਾਤਮਾ ਹੁਣ ਰਸਨਾ 'ਤੇ ਬੈਠਾ ਹੈ, ਈਸ਼ਵਰ ਹੁਣ ਰਸਨਾ 'ਤੇ ਬੈਠਾ ਹੈ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾ। ਕਬੀਰ ਕਹਿੰਦੇ ਇਹੀ ਮੇਰਾ ਜਾਪ ਹੈ, ਇਹੀ ਮੇਰੀ ਜਪਮਾਲਾ ਹੈ, ਪਰਮਾਤਮਾ ਦਾ ਨਾਮ ਮੇਰੀ ਜ਼ਬਾਨ 'ਤੇ ਬੈਠ ਗਿਆ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਪਰਮਾਤਮਾ ਵੇਖਣਾ। ਪਰਮਾਤਮਾ ਤੇ ਸਾਧਕ ਦੀ ਰਸਨਾ 'ਤੇ ਬੈਠਾ ਹੈ। ਕਿਹੜੇ ਸਾਧਕ ਦੀ? ਜਿਹਦੀ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਉੱਪਰ ਉੱਠ ਗਏ। ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜਿਹਦੀ ਜੀਵਨ ਸ਼ਕਤੀ ਅੱਗੇ ਜਾ ਚੁੱਕੀ ਹੈ, ਉਹਦੀ ਰਸਨਾ 'ਤੇ ਅਕਾਲ ਪੁਰਖ ਬੈਠਾ ਹੈ, ਉਹਦੀ ਰਸਨਾ 'ਤੇ ਪਰਮਾਤਮਾ ਬੈਠਾ ਹੈ। ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਸਾਧਕ ਨੂੰ ਹੀ ਕਿਸ ਤਰ੍ਹਾਂ ਪਹਿਚਾਣ ਹੋਵੇਗੀ ਕਿ ਵਾਕਈ ਪਰਮਾਤਮਾ ਮੇਰੀ ਰਸਨਾ 'ਤੇ ਬੈਠ ਗਿਆ? ਦਰਅਸਲ ਹੁਣ ਰਸਨਾ ਨੂੰ ਰਸ ਆਵੇਗਾ, ਜੈਸੇ ਉਹ ਪਰਮਾਤਮਾ ਦਾ ਨਾਮ ਲਵੇਗਾ, ਰਸ ਨਾਲ ਭਿੱਜ ਜਾਏਗਾ, ਰਸ ਨਾਲ ਡੁੱਬ ਜਾਏਗਾ। ਆਮ ਬੰਦੇ ਵੀ ਰਾਮ ਰਾਮ ਕਹਿੰਦੇ ਨੇ ਬੜੀ ਬੇਸਵਾਦੀ ਨਾਲ, ਆਮ ਬੰਦੇ ਵੀ ਅੱਲਾ ਅੱਲਾ ਦੀ ਧੁਨ ਉਲਾਪਦੇ ਨੇ ਮੱਥੇ 'ਤੇ ਵੱਟ ਪਾ ਕੇ। ਆਮ ਜਗਤ ਵੀ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰਦਾ, ਅਲਾਪ ਕਰਦਾ, ਲੇਕਿਨ ਵਾਹਿਗੁਰੂ ਨਾਲ ਕੋਈ ਸੰਬੰਧ ਨਹੀਂ, ਵਾਹਿਗੁਰੂ ਰਸਨਾ 'ਤੇ ਨਹੀਂ। ਪਰਮਾਤਮਾ ਜੈਸੇ ਰਸਨਾ 'ਤੇ ਆ ਕੇ ਬੈਠਦਾ, ਰਸਨਾ ਰਸ ਨਾਲ ਭਰ ਜਾਂਦੀ ਹੈ, ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ। ਰਸਨਾ ਦੇ ਚੋਂ ਝੂਠ ਦੀ ਮੈਲ ਸਾਰੀ ਦੀ ਸਾਰੀ ਨਿਕਲ ਜਾਂਦੀ ਹੈ। ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਔਰ ਕਿਸੇ ਤਰੀਕੇ ਨਾਲ ਵੀ ਜ਼ਬਾਨ ਨੂੰ ਸੁੱਚਾ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਗੋਬਿੰਦ ਦਾ ਨਾਮ ਜ਼ਬਾਨ ਦੇ ਉੱਤੇ ਆਣ ਕੇ ਵਸਦਾ ਹੈ, ਰਸਨਾ ਸੁੱਚੀ ਹੋ ਜਾਂਦੀ ਹੈ, ਰਸਨਾ ਪਵਿੱਤਰ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਰਸਨਾ ਜਦ ਪਰਮਾਤਮਾ ਦਾ ਨਾਮ ਲਵੇਗੀ, ਰਸ ਨਾਲ ਭਰ ਜਾਏਗੀ, ਦੂਸਰੀ ਇਸ ਤਰ੍ਹਾਂ ਦੀ ਰਸਨਾ 'ਚੋਂ ਨਿਕਲੇ ਹੋਏ ਵਾਕ ਮਿੱਥਿਆ ਨਹੀਂ ਜਾਂਦੇ, ਉਹ ਮਿੱਥਿਆ ਬੋਲ ਨਹੀਂ ਹੁੰਦੇ। ਸਤਿਗੁਰੂ ਦਾ ਫਰਮਾਨ ਕਿ ਅੰਡ ਬਿਨਾਸੀ ਜੇਰ ਬਿਨਾਸੀ ਇੱਕ ਸਾਧ ਬਚਨ ਅਟਲ। ਸਾਧੂ ਦਾ ਬਚਨ ਅਟਲ ਹੈ, ਜ਼ਮੀਨ ਨਾਸ ਹੋ ਸਕਦੀ ਹੈ, ਆਸਮਾਨ ਨਾਸ ਹੋ ਸਕਦਾ ਹੈ, ਚਾਰੇ ਖਾਣੀਆਂ ਦਾ ਅੰਤ ਹੋ ਸਕਦਾ ਹੈ, ਜ਼ਰੇ ਜ਼ਰੇ ਦਾ ਅੰਤ ਹੋ ਸਕਦਾ ਹੈ, ਖਤਮ ਹੋ ਸਕਦੇ ਨੇ। ਸਾਧੂ ਦਾ ਬਚਨ ਅਮਿੱਟ ਹੈ, ਅਮਰ ਹੈ, ਵਿਆਪਕ ਹੈ, ਔਰ ਉਹ ਐਸਾ ਬਚਨ ਜਿਹਦੇ 'ਚ ਪਰਮ ਸ਼ਕਤੀ ਹੈ।
ਇੱਕ ਸਾਧਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਸ਼ਨ ਕੀਤਾ, ਪਾਤਸ਼ਾਹ ਕੁਛ ਲੋਕ ਬਾਣੀ ਪੜ੍ਹਦੇ ਨੇ ਜਾਂ ਉਸਦੀ ਵਿਆਖਿਆ ਕਰਦੇ ਨੇ, ਹਿਰਦੇ ਤੱਕ ਨਹੀਂ ਪਹੁੰਚਦੀ, ਪਰ ਕੁਛ ਲੋਕ ਜਦ ਬੋਲਦੇ ਨੇ ਵਿਚਾਰਦੇ ਨੇ ਉਹਨਾਂ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ। ਬਾਣੀ ਉਹੀ ਹੈ, ਵਿਚਾਰ ਉਹੀ ਹੈ, ਪਰ ਕਿਸੇ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ, ਕਿਸੇ ਦੇ ਨਹੀਂ ਪਹੁੰਚਦੇ। ਇਹਦਾ ਕਾਰਨ ਸੰਖੇਪ ਵਿੱਚ ਪ੍ਰਤੱਖ ਪ੍ਰਮਾਣ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੋ ਮਨੁੱਖ ਲਿਆਂਦੇ ਗਏ, ਦੋਵਾਂ ਨੂੰ ਧਨੁਸ਼ ਬਾਣ ਦੇ ਦਿੱਤੇ ਗਏ, ਸਾਹਮਣੇ ਇੱਕ ਨਿਸ਼ਾਨਾ ਰੱਖ ਦਿੱਤਾ ਗਿਆ। ਇੱਕ ਕਮਜ਼ੋਰ ਸੀ, ਲਾਗਰ ਸੀ, ਬਿਮਾਰ ਸੀ, ਹੱਡੀਆਂ ਦਾ ਢਾਂਚਾ ਸੀ, ਕੁਬੜਾ ਸੀ, ਨਾਲੇ ਨਿਸ਼ਾਨਚੀ ਵੀ ਨਹੀਂ ਸੀ। ਦੂਸਰਾ ਤੰਦਰੁਸਤ ਸੀ, ਪਹਿਲਵਾਨ ਸੀ, ਸ਼ਕਤੀਸ਼ਾਲੀ ਸੀ, ਨਾਲੇ ਨਿਸ਼ਾਨਚੀ ਵੀ ਸੀ। ਪਹਿਲੇ ਨੇ ਸਤਿਗੁਰ ਨੂੰ, ਪਹਿਲੇ ਮਨੁੱਖ ਨੂੰ ਜੋ ਕਮਜ਼ੋਰ ਅਤੇ ਲਾਗਰ ਹੈ, ਗੁਰਦੇਵ ਕਹਿੰਦੇ ਨੇ ਨਿਸ਼ਾਨਾ ਮਾਰ, ਤੀਰ ਚਲਾ, ਜੈਸੇ ਉਹ ਧਨੁਸ਼ ਬਾਣ ਚਲਾਉਂਦਾ ਹੈ, ਬਾਣ ਰਸਤੇ 'ਚ ਹੀ ਗਿਰ ਗਿਆ। ਨਿਸ਼ਾਨੇ 'ਤੇ ਵਜਣਾ ਅਤੇ ਕੀ, ਨਿਸ਼ਾਨੇ ਤੱਕ ਪਹੁੰਚਿਆ ਵੀ ਕੋਈ ਨਹੀਂ, ਰਸਤੇ 'ਚ ਹੀ ਗਿਰ ਗਿਆ। ਫਿਰ ਸਤਿਗੁਰ ਨੇ ਦੂਸਰੇ ਨੂੰ ਆਗਿਆ ਕੀਤੀ, ਤੂੰ ਤੀਰ ਚਲਾ। ਉਹਨੇ ਖਿੱਚ ਕੇ ਜੈਸੇ ਤੀਰ ਮਾਰਿਆ, ਤੀਰ ਨਿਸ਼ਾਨੇ 'ਤੇ ਲੱਗਿਆ, ਆਪਣੀ ਮੰਜ਼ਿਲ 'ਤੇ ਅਪੜਿਆ। ਸਤਿਗੁਰ ਕਹਿਣ ਲੱਗੇ, ਤੁਹਾਡੇ ਸਵਾਲ ਦਾ ਇਹ ਜਵਾਬ ਹੈ। ਸਤਿਗੁਰ ਸਮਝ ਨਹੀਂ ਆਈ ਤਾਂ ਮਹਾਰਾਜ ਕਹਿਣ ਲੱਗੇ, ਇਹ ਪਹਿਲੇ ਬੰਦੇ ਦਾ ਤੀਰ ਵਿਚਕਾਰ ਕਿਉਂ ਗਿਰ ਗਿਆ? ਮਹਾਰਾਜ ਇਹ ਨਿਸ਼ਾਨਚੀ ਨਹੀਂ, ਨਾਲੇ ਕਮਜ਼ੋਰ ਹੈ, ਇਹ ਚਿੱਲਾ ਹੀ ਨਹੀਂ ਚੜਾ ਸਕਦਾ, ਇਹਦੇ ਕੋਲ ਸ਼ਕਤੀ ਨਹੀਂ, ਇਹਦੇ ਕੋਲ ਬਲ ਨਹੀਂ। ਦੂਸਰੇ ਦਾ ਤੀਰ ਨਿਸ਼ਾਨੇ ਤੱਕ ਕਿਉਂ ਪਹੁੰਚਿਆ? ਮਹਾਰਾਜ ਸ਼ਕਤੀਸ਼ਾਲੀ ਹੈ, ਨਿਸ਼ਾਨਚੀ ਹੈ, ਅੰਦਾਜ਼ ਜਾਣਦਾ ਹੈ, ਇਸ ਵਾਸਤੇ ਇਸਦਾ ਤੀਰ ਨਿਸ਼ਾਨੇ 'ਤੇ ਪਹੁੰਚਿਆ। ਸਤਿਗੁਰੂ ਕਹਿਣ ਲੱਗੇ, ਜਿਨ੍ਹਾਂ ਦੀ ਰਸਨਾ 'ਤੇ ਪ੍ਰਮਾਤਮਾ ਨਹੀਂ, ਉਹਨਾਂ ਦੇ ਬਚਨਾਂ 'ਚ ਕੋਈ ਸਤਿਆ ਨਹੀਂ, ਉਹ ਬਚਨ 'ਤੇ ਕੰਨਾਂ ਤੱਕ ਵੀ ਨਹੀਂ ਪਹੁੰਚਦੇ, ਹਿਰਦੇ ਤੱਕ ਕਿਸ ਤਰ੍ਹਾਂ ਪਹੁੰਚਣਗੇ? ਉਹ ਤੇ ਸਰਵਨ ਵੀ ਸੁਣਨ 'ਚ ਅਸਮਰਥ ਰਹਿ ਜਾਂਦੇ ਨੇ, ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ, ਹਿਰਦੇ ਤੱਕ ਪਹੁੰਚਦੇ ਹੀ ਨਹੀਂ। ਅਤੇ ਜਦ ਹਿਰਦੇ ਤੱਕ ਪਹੁੰਚ ਹੀ ਨਹੀਂ, ਤੇ ਹਿਰਦੇ ਨੂੰ ਪਰਿਵਰਤਨ ਕਰਨ 'ਤੇ ਕਿਸ ਤਰ੍ਹਾਂ ਕਰਨ, ਹਿਰਦੇ ਨੂੰ ਚੋਟ ਕਰਨ 'ਤੇ ਕਿਸ ਤਰ੍ਹਾਂ ਕਰਨ? ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ। ਕੁਛ ਬਚਨਾਂ ਦੇ ਪਿੱਛੇ ਕਮਾਈ ਦੀ ਸ਼ਕਤੀ ਹੈ, ਜਪ ਤਪ ਦੀ ਸ਼ਕਤੀ ਹੈ, ਸਾਧਨਾ ਦੀ ਸ਼ਕਤੀ ਹੈ, ਔਰ ਉਹ ਬਚਨ ਸਿੱਧੇ ਨਿਸ਼ਾਨੇ ਤੱਕ ਪਹੁੰਚਦੇ ਨੇ, ਹਿਰਦੇ ਤੱਕ ਪਹੁੰਚਦੇ ਨੇ, ਔਰ ਉੱਥੇ ਮਨੁੱਖ ਨੂੰ ਬਚਨ ਬਿਆਨ ਕਰਨ ਦਾ ਢੰਗ ਵੀ ਆ ਜਾਂਦਾ, ਕਿੱਥੇ ਕੀ ਬੋਲਣਾ ਹੈ, ਵਕਤ ਵਿਚਾਰੇ, ਸੁਬੰਧਾ ਹੋਏ, ਉਹਨੂੰ ਮੌਕਾ ਮਹਿਲ ਦੀ ਪਹਿਚਾਣ ਵੀ ਹੁੰਦੀ ਹੈ, ਸਮੇਂ ਦੀ ਪਹਿਚਾਣ ਵੀ ਹੁੰਦੀ ਹੈ। ਜੈਸੇ ਵਿਆਹ ਸ਼ਾਦੀ ਦੇ ਘਰ ਵਿੱਚ ਸੋਗ ਦੀਆਂ ਗੱਲਾਂ ਫਬਦੀਆਂ ਨਹੀਂ, ਔਰ ਇਸੇ ਤਰੀਕੇ ਨਾਲ ਮਰਗ ਵਾਲੇ ਘਰ ਵਿੱਚ ਵਿਆਹ ਸ਼ਾਦੀ ਦੇ ਸੋਲੇ ਚੰਗੇ ਨਹੀਂ ਲੱਗਦੇ। ਮੌਕਾ ਮਹਿਲ ਦੇ ਮੁਤਾਬਕ ਗੱਲ ਕਰਨੀ, ਇਹੀ ਬੰਦੇ ਦਾ ਫਰਜ਼ ਹੈ, ਔਰ ਇਹ ਫਰਜ਼ ਸਨਾਸੀ ਉਦੋਂ ਪੈਦਾ ਹੁੰਦੀ ਹੈ ਜਦ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ। ਮੌਕਾ ਮਹਿਲ ਦੀ ਪਹਿਚਾਣ ਬੰਦੇ ਨੂੰ, ਬਚਨ ਕਿੱਥੇ ਕਹਿਣਾ ਹੈ, ਕਿਤਨਾ ਕਹਿਣਾ ਹੈ, ਔਰ ਕਿਸ ਨੂੰ ਕਹਿਣਾ ਹੈ, ਇਸ ਤਰ੍ਹਾਂ ਦਾ ਬੋਧ ਬੰਦੇ ਕੋਲ ਪੂਰਨ ਤੌਰ 'ਤੇ ਹੁੰਦਾ। ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਅੱਗੇ ਲੰਘਦੀ ਹੈ,
ਇਸ ਤਰ੍ਹਾਂ ਦੇ ਮਨੁੱਖ ਦੀ ਰਸਨਾ ਤੇ ਪਰਮਾਤਮਾ ਆਪ ਹੁੰਦਾ ਹੈ। ਸੱਚ ਨੂੰ ਪ੍ਰਗਟ ਕਰਨ ਵਿੱਚ ਉਹਦੀ ਰਸਨਾ ਸਮਰੱਥ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਮਨੁੱਖਾਂ ਬਾਰੇ ਗੁਰਬਾਣੀ ਕਹਿੰਦੀ ਹੈ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਲੇਕਿਨ ਅਜੇ ਪਰਮ ਨਿਧੀ ਦੀ ਪ੍ਰਾਪਤੀ ਨਹੀਂ ਹੋਈ, ਅਜੇ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਅੱਧੀ ਤੋਂ ਜ਼ਿਆਦਾ ਵਾਟ ਤੈਅ ਹੋ ਗਈ, ਮੂਲਾਧਾਰ ਚੱਕਰ ਥੱਲੇ ਰਹਿ ਗਿਆ, ਸ਼ਬਦ ਇਸ਼ਟਾਨ ਚੱਕਰ ਥੱਲੇ ਰਹਿ ਗਿਆ, ਮਣੀਪੁਰ ਚੱਕਰ ਥੱਲੇ ਰਹਿ ਗਿਆ, ਅਨਾਹਤ ਚੱਕਰ ਤੋਂ ਦੂਰ ਚਲੇ ਆਇਆ। ਹੁਣ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠੀ ਤੇ ਪਹੁੰਚੀ ਆ ਗਿਆ ਚੱਕਰ ਤੱਕ, ਔਰ ਜੈਸੇ ਚੱਕਰ ਵਿੰਨਿਆ ਗਿਆ ਉੱਥੇ ਹੁਣ ਮਨੁੱਖ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਹੁਣ ਸੱਚ ਖੰਡ ਵਸੇ ਨਿਰੰਕਾਰ, ਸੱਚ ਦੇ ਚ ਮਨੁੱਖ ਹੈ ਔਰ ਮਨੁੱਖ ਦੇ ਚ ਸੱਚ ਹੈ। ਇਸ ਅਵਸਥਾ ਦੇ ਅਪੜੇ ਹੋਏ ਮਨੁੱਖ ਦੀ ਤਸਵੀਰ ਕਸ਼ੀ ਗੁਰਬਾਣੀ ਨੇ ਇੰਜ ਕੀਤੀ ਹੈ, ਗੁਰ ਕਿਰਪਾ ਜਹ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਹੁਣ ਬੂੰਦ ਸਾਗਰ ਤੱਕ ਪਹੁੰਚ ਗਈ, ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਭੇਦ ਨਾ ਭਾਈ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੇ ਪਛਾਣੀ। ਹੁਣ ਕਬੀਰ ਰਾਮ ਤੱਕ ਪਹੁੰਚ ਗਏ ਨੇ ਤੇ ਭਗਤ ਕਬੀਰ ਜਦ ਇਸ ਅਵਸਥਾ ਤੇ ਪਹੁੰਚੇ, ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਲੰਘੇ, ਕਹਿੰਦੇ ਹੁਣ ਰੱਬ ਦੀ ਤਲਾਸ਼ ਨਹੀਂ, ਹੁਣ ਰੱਬ ਮੇਰੀ ਤਲਾਸ਼ ਦੇ ਚ ਹੈ, ਹੁਣ ਪਰਮਾਤਮਾ ਮੇਰੀ ਤਲਾਸ਼ ਦੇ ਚ ਹੈ। ਬੜਾ ਸੁੰਦਰ ਬਚਨ ਹੈ ਉਹਨਾਂ ਦਾ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹੁਣ ਤੇ ਕਬੀਰ ਦੀ ਤਲਾਸ਼ ਹੈ ਜਗਤ ਨੂੰ, ਪਰਮਾਤਮਾ ਨੂੰ, ਮੈਨੂੰ ਪਰਮਾਤਮਾ ਦੀ ਤਲਾਸ਼ ਹੀ ਨਹੀਂ, ਹੁਣ ਤੇ ਬੂੰਦ ਹੀ ਸਾਗਰ ਹੋ ਗਈ। ਇਸ ਅਵਸਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਰਦੇ ਨੇ, ਸਾਗਰ ਮੇ ਬੂੰਦ ਬੂੰਦ ਮੇ ਸਾਗਰ ਅਕਥ ਕਥਾ ਗੁਰਬਚਨੀ ਆਦਰ। ਇਸ ਅਵਸਥਾ ਨੂੰ ਬਿਆਨ ਕਰਨਾ ਸਤਿਗੁਰ ਕਹਿੰਦੇ ਨੇ ਅਕਥ ਕਥਾ ਹੈ, ਕਥਨ ਤੋਂ ਪਰੇ ਹੈ। ਆ ਗਿਆ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਪਰਮ ਧਾਮ ਦੀ ਪ੍ਰਾਪਤੀ ਹੋ ਗਈ, ਸਹਿਭੰਗ ਦੀ ਪ੍ਰਾਪਤੀ ਹੋ ਗਈ, ਈਸ਼ਵਰ ਦੀ ਪ੍ਰਾਪਤੀ ਹੋ ਗਈ, ਸੱਚਖੰਡ ਦੀ ਪ੍ਰਾਪਤੀ ਹੋ ਗਈ। ਹੁਣ ਮਰ ਕੇ ਕੀ ਸੱਚਖੰਡ ਜਾਣਾ, ਹੁਣ ਜੀਵਦਿਆਂ ਜੀ ਸੱਚਖੰਡ ਦੀ ਝਲਕ ਵੇਖ ਲਈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਇਸ ਅਵਸਥਾ ਤੱਕ ਕਰੀਬਨ ਕਰੀਬਨ ਕਰੋੜਾਂ ਵਿੱਚ ਕੋਈ ਇੱਕ ਕਦ ਮਨੁੱਖ ਪਹੁੰਚਦਾ ਹੈ, ਜਨ ਨਾਨਕ ਕੋ ਟਨਮੇ ਕਿਨਹੂੰ ਨਾਰਾਇਣ ਜਹੇ ਚੀਤ। ਅਕਸਰ ਸਾਧਕ ਮੂਲਾਧਾਰ ਤੱਕ ਹੀ ਰਹਿ ਜਾਂਦੇ ਨੇ, ਕੁਛ ਐਸੇ ਨੇ ਥੋੜ੍ਹਾ ਜਿਹਾ ਹੋਰ ਅਗਾਂਹ ਵੱਧਦੇ ਨੇ, ਕੁਛ ਐਸੇ ਨੇ ਅੱਧ ਵਿਚਕਾਰ ਵਿੱਚ ਹੀ ਰੁਕ ਜਾਂਦੇ ਨੇ, ਔਰ ਉਹਨਾਂ ਦੇ ਪਿੱਛੇ ਮੁੜਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਕਿਉਂਕਿ ਸੰਸਾਰ ਦੀ ਆਪਣੀ ਖਿੱਚ ਹੈ ਔਰ ਨਿਰੰਕਾਰ ਦੀ ਆਪਣੀ ਖਿੱਚ ਹੈ। ਸੰਸਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ, ਨਿਰੰਕਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ। ਇਸ ਵਾਸਤੇ ਅਸੀਂ ਕਈ ਦਫ਼ਾ ਦੇਖਦੇ ਹਾਂ ਕਿ ਕੋਈ ਬੰਦਾ ਬੜੀ ਬੁਲੰਦੀਆਂ ਤੋਂ ਗਿਰਿਆ ਹੈ, ਅਤੇ ਜਦ ਬੜੀ ਬੁਲੰਦੀਆਂ ਤੋਂ ਗਿਰਦਾ ਹੈ ਚੋਟ ਵੀ ਬੜੀ ਲੱਗਦੀ ਹੈ, ਰੇਜ਼ਾ ਰੇਜ਼ਾ ਹੋ ਜਾਂਦਾ ਬੰਦਾ, ਫੀਤਾ ਫੀਤਾ ਹੋ ਜਾਂਦਾ। ਇਹ ਤਾਂ ਬਹੁਤ ਸ਼ਿਖਰ ਹੈ, ਬੁਲੰਦੀ ਹੈ, ਸੂਰੀ ਉੱਪਰ ਖੇਰਨਾ
ਇਹਤੇ ਗਿਰੇ ਤਾਂ ਠਾਹਿਰਨਾ ਹੈ, ਇਹਤੇ ਘਾਟੀ 'ਤੇ ਚੜ੍ਹਨਾ, ਇਹਤੇ ਪਹਾੜਾਂ ਦੀ ਸ਼ਿਖਰ ਨੂੰ ਛੋਣਾ ਹੈ, ਪਰ ਜੇ ਗਿਰੇ ਤਾਂ ਚੋਟਾਂ ਵੀ ਅਨੰਤ ਨੇ, ਫਿਰ ਖਰਾਸ਼ਾਂ ਵੀ ਅਨੰਤ ਨੇ। ਔਰ ਇਤਨੀ ਗੱਲ ਸਪਸ਼ਟ ਹੈ ਕਿ ਜਿਹੜਾ ਜਿਤਨੀ ਜ਼ਿਆਦਾ ਬੁਲੰਦੀ ਤੋਂ ਗਿਰੇਗਾ ਉਤਨੀਆਂ ਹੀ ਚੋਟਾਂ ਖਾਵੇਗਾ, ਉਤਨਾ ਹੀ ਜੋ ਹੈ ਜ਼ਖਮੀ ਹੋਵੇਗਾ। ਇਸ ਅਵਸਥਾ ਵਿੱਚ ਪਹੁੰਚ ਕੇ ਆਗਿਆ ਚੱਕਰ ਤੋਂ ਅੱਗੇ ਲੰਘ ਕੇ ਗਿਰਨ ਦੀ ਸੰਭਾਵਨਾ ਖਤਮ ਹੋ ਗਈ, ਯਾਤਰਾ ਸਫਲ ਹੋ ਗਈ, ਜੀਵਨ ਸਫਲ ਹੋ ਗਿਆ। ਸਤਿਗੁਰ ਦੀ ਬਾਣੀ ਦਾ ਫਰਮਾਨ, ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਹੁਣ ਆਵਣੇ ਜਾਵਣੇ ਮੁੱਕ ਗਏ, ਕਿਉਂਕਿ ਬਾਰ ਬਾਰ ਦਾ ਜਨਮ ਹੁੰਦਾ ਹੈ ਵਾਸ਼ਨਾ ਕਰਕੇ, ਤਾਂ ਵਾਸ਼ਨਾ ਹੀ ਖਤਮ। ਹੁਣ ਤੇ ਪ੍ਰਾਰਥਨਾ ਦਾ ਜਗਤ, ਹੁਣ ਤੇ ਈਸ਼ਵਰੀ ਜਗਤ, ਹੁਣ ਨਿਰੰਕਾਰ ਦੀ ਦੁਨੀਆ, ਹੁਣ ਤੇ ਪਰਮਾਤਮਾ ਦੀ ਦੁਨੀਆ। ਜਪ ਆਰੰਭ ਕੀਤਾ ਸੀ ਤਾਂ ਜੀਵਨ ਸ਼ਕਤੀ ਮੂਲ ਆਧਾਰ ਤੋਂ ਥੱਲੇ ਸੀ, ਵਾਸ਼ਨਾ ਦਾ ਜਗਤ ਸੀ। ਅਗਰ ਐਸਾ ਬੰਦਾ ਜਪ ਵੀ ਕਰਦਾ ਸੀ, ਪ੍ਰਾਰਥਨਾ ਵੀ ਕਰਦਾ ਸੀ, ਤਾਂ ਵਾਸ਼ਨਾ ਵਸ ਹੋ ਕੇ ਕਰਦਾ ਸੀ। ਧਨ ਮਿਲੇ, ਰੂਪ ਮਿਲੇ, ਰੰਗ ਮਿਲੇ, ਪਦਾਰਥ ਮਿਲੇ, ਉਹਦੀ ਬੰਦਗੀ ਦੇ ਵਿੱਚ ਵੀ ਵਾਸ਼ਨਾ ਸੀ, ਉਹਦੇ ਜਪ ਤਪ ਦੇ ਵਿੱਚ ਵੀ ਵਾਸ਼ਨਾ ਸੀ। ਲੇਕਿਨ ਸਹਿਜੇ ਸਹਿਜੇ ਜਪ ਤਪ ਨੇ ਮੂਲ ਆਧਾਰ ਤੋਂ ਉੱਪਰ ਕੀਤਾ, ਵਾਸ਼ਨਾ ਦਾ ਜਗਤ ਖਤਮ ਹੋਇਆ। ਔਰ ਸਹਿਜੇ ਸਹਿਜੇ ਸਾਧਕ ਸਾਧਨਾ ਕਰਦਿਆਂ ਕਰਦਿਆਂ ਆਗਿਆ ਚੱਕਰ ਤੱਕ ਪਹੁੰਚਿਆ, ਔਰ ਇਸ ਨੂੰ ਵਿੰਨ ਕੇ ਅੱਗੇ ਲੰਘਿਆ, ਨਿਰੰਕਾਰ ਦੀ ਦੁਨੀਆ ਆਰੰਭ ਹੋਈ, ਨਵੇਂ ਦਰਵਾਜ਼ੇ ਖੁੱਲ੍ਹੇ, ਕੋਈ ਨਵੀਂ ਸੋਚ ਮਿਲੀ, ਕੋਈ ਨਵੀਂ ਦੁਨੀਆ ਦੀ ਝਲਕ ਮਿਲੀ। ਔਰ ਜਦ ਕੋਈ ਪੁਰਸ਼ ਇਸ ਦੁਨੀਆ ਵਿੱਚ ਪਹੁੰਚਿਆ ਅਤੇ ਜਦ ਉਸਨੂੰ ਆਖਿਆ ਗਿਆ ਹੁਣ ਇਸ ਦੁਨੀਆ ਦਾ ਕੋਈ ਨਕਸ਼ਾ ਰੱਖੋ ਸਾਹਮਣੇ, ਤਾਂ ਅਕਸਰ ਇਸ ਤਰ੍ਹਾਂ ਦੇ ਭਗਤਾਂ ਨੇ ਕਹਿ ਦਿੱਤਾ ਹੈ, ਕਹਿਤ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਹੁਣ ਅਸੀਂ ਕੁਛ ਨਹੀਂ ਕਹਿ ਸਕਦੇ, ਮੂਲ ਆਧਾਰ ਤੋਂ ਅੱਗੇ ਲੰਘੇ ਸਨ, ਕੁਛ ਬਿਆਨ ਕਰਦੇ ਰਹੇ। ਸਭ ਦੇ ਸ਼ਤਾਨ ਮਣੀਪੁਰ ਤੋਂ ਅੱਗੇ ਲੰਘੇ ਸਨ, ਭਗਤ ਬੋਲਦੇ ਰਹੇ। ਅਨਾਹਦ ਨਾਥ ਤੇ ਵਿਸ਼ੁੱਧ ਤੋਂ ਅੱਗੇ ਲੰਘੇ ਸਨ, ਭਗਤ ਕੁਛ ਕਹਿੰਦੇ ਰਹੇ। ਖਾਮੋਸ਼ੀ ਦੀ ਦੁਨੀਆ ਆਰੰਭ ਹੋ ਗਈ, ਸਮਾਧੀ ਦੀ ਦੁਨੀਆ ਸ਼ੁਰੂ ਹੋ ਗਈ। ਇੱਥੇ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਵਰਣਨ ਕਰਦੇ ਨੇ, ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰ ਹੈ। ਗੂੰਗਾ ਮੁਸਕਰਾ ਤੇ ਪੈਂਦਾ ਹੈ, ਉਹਦਾ ਮੁਸਕਰਾਉਣਾ ਦੱਸਦਾ ਹੈ, ਪਰਮ ਰਸ ਆਇਆ ਇਸ ਨੂੰ ਬਿਆਨ ਨਹੀਂ ਕਰ ਸਕਦਾ, ਵਿਆਖਿਆ ਨਹੀਂ ਕਰ ਸਕਦਾ। ਇੱਥੇ ਭਗਤ ਖਾਮੋਸ਼ ਹੋ ਜਾਂਦਾ ਹੈ, ਚੁੱਪ ਹੋ ਜਾਂਦਾ ਹੈ, ਪਰ ਉਸਦੀ ਚੁੱਪੀ ਵੀ ਜੋ ਬੋਲ ਜਾਂਦੀ ਹੈ, ਉਹਦੀ ਖਾਮੋਸ਼ੀ ਵੀ ਜਿਤਨਾ ਉਪਦੇਸ਼ ਕਰ ਜਾਂਦੀ ਹੈ, ਆਮ ਬੰਦਿਆਂ ਦਾ ਬੋਲਣਾ ਵੀ ਉਤਨਾ ਨਹੀਂ ਸਮਝਾ ਸਕਦਾ। ਆਮ ਬੰਦਿਆਂ ਦੇ ਬੋਲ ਵੀ ਇਤਨੇ ਕੰਮ ਨਹੀਂ ਕਰਦੇ, ਇਸ ਤਰ੍ਹਾਂ ਦੇ ਪੁਰਸ਼ ਤੇ ਅਬੋਲ ਅਵਸਥਾ ਵੀ ਬੜੀ ਕੰਮ ਕਰ ਜਾਂਦੀ ਹੈ, ਖਾਮੋਸ਼ੀ ਵੀ ਜੋ ਹੈ ਬੜੀ ਕੰਮ ਕਰ ਜਾਂਦੀ ਹੈ। ਤੋ ਆ ਗਿਆ ਚੱਕਰ ਨੂੰ ਵਿੰਨ ਕੇ ਜਿਹੜੀ ਅੱਗੇ ਦੀ ਦੁਨੀਆ ਹੈ, ਇਹਦੇ ਬਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਜੇ ਹੋ ਜਾਣਾ, ਜੇ ਮੈਂ ਉਸ ਦੁਨੀਆ ਨੂੰ ਜਾਣ ਲਿਆ ਸਮਝ ਲਿਆ, ਜੇ ਹੋ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਉਹ ਮੇਰੀ ਕਥਨੀ ਤੋਂ ਪਰੇ, ਉਹ ਮੇਰੇ ਕਹਿਣੇ ਤੋਂ ਪਰੇ, ਉਹ ਐਸੀ ਦੁਨੀਆ ਜੋ ਮੇਰੇ ਸ਼ਬਦਾਂ 'ਚ ਨਹੀਂ ਆਉਂਦੀ, ਮੇਰੇ ਬੋਲਣ ਦੇ 'ਚ ਨਹੀਂ ਆਉਂਦੀ, ਉਹ ਅਬੋਲ, ਉਹ ਖਾਮੋਸ਼ੀ ਦੀ ਦੁਨੀਆ, ਉਹ ਸਮਾਧੀ ਦੀ ਦੁਨੀਆ, ਉਹ ਨਿਰਵਿਚਾਰ ਦੀ ਦੁਨੀਆ, ਉਹ ਪਰਮ ਆਨੰਦ ਦੀ ਦੁਨੀਆ, ਉਹ ਸੱਚਖੰਡ ਦੀ ਦੁਨੀਆ, ਇਹੀ ਬੰਦੇ ਦੀ ਮੰਜ਼ਿਲ ਹੈ। ਇੱਥੇ ਪਹੁੰਚ ਕੇ ਹੀ ਬੰਦਾ ਪੂਰਾ ਹੁੰਦਾ ਹੈ, ਮਰ ਕੇ ਕੋਈ ਪੂਰਾ ਨਹੀਂ ਆਉਂਦਾ। ਇਹ ਗੱਲ ਵੱਖਰੀ ਹੈ ਕਿ ਪੰਜਾਬੀ ਦੀ ਕਹਾਵਤ ਹੈ, ਜਦ ਕੋਈ ਬੰਦਾ ਮਰ ਜਾਏ ਤਾਂ ਕਹਿੰਦੇ ਨੇ ਪੂਰਾ ਹੋ ਗਿਆ, ਪੂਰਾ ਹੋ ਗਿਆ। ਪੂਰਾ ਕਿਸ ਤਰ੍ਹਾਂ ਹੋਇਆ? ਮਰ ਕੇ ਤਾਂ ਕੋਈ ਪੂਰਾ ਨਹੀਂ ਆਉਂਦਾ,
ਹਾਂ, ਪੂਰਨ ਵਿੱਚ ਜੁੜ ਕੇ ਹੀ ਕੋਈ ਪੂਰਾ ਹੋ ਸਕਦਾ, ਤੇ ਪੂਰਨ ਕੇਵਲ ਪ੍ਰਮਾਤਮਾ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰੇ। ਉਸ ਪੂਰਨ ਵਿੱਚ ਲੀਨ ਹੋ ਕੇ ਹੀ ਮਨੁੱਖ ਪੂਰਾ ਹੁੰਦਾ ਹੈ, ਔਰ ਪੂਰਾ ਕੇਵਲ ਪ੍ਰਮਾਤਮਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਹੋ ਗਿਆ, ਮੁਕੰਮਲ ਹੋ ਗਿਆ। ਇਹ ਇਨਸਾਨ ਜੰਮਿਆ ਅਧੂਰਾ ਸੀ, ਜੀਵਿਆ ਅਧੂਰਾ ਸੀ, ਭਜਨ ਨੇ, ਸਿਮਰਨ ਨੇ, ਸਾਧਨਾ ਨੇ ਇਸ ਨੂੰ ਪੂਰਨ ਕਰ ਦਿੱਤਾ ਹੈ, ਮੁਕੰਮਲ ਕਰ ਦਿੱਤਾ ਹੈ। ਇਤਨੀ ਤੇ ਵਿਗਿਆਨਕ ਵੀ ਗੱਲ ਮੰਨਦੇ ਨੇ ਕਿ ਮਨੁੱਖੀ ਬੱਚਾ ਅਧੂਰਾ ਜੰਮਦਾ, ਮੂੰਹ ਵਿੱਚ ਦੰਦ ਨਹੀਂ ਨੇ, ਪੈਰਾਂ ਦੇ ਚੱਲਣ ਦੀ ਸ਼ਕਤੀ ਨਹੀਂ ਹੈ, ਹੱਥਾਂ ਵਿੱਚ ਪਕੜ ਦੀ ਕੋਈ ਤਾਕਤ ਨਹੀਂ ਹੈ, ਜ਼ਬਾਨ ਵਿੱਚ ਬੋਲਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬੁੱਧੀ ਵਿੱਚ ਸੋਚਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬਿਲਕੁਲ ਅਧੂਰਾ ਜੰਮਿਆ। ਸਹਿਜੇ ਸਹਿਜੇ ਕਾਦਰ ਕਰੀਮ ਪਰਿਪੂਰਨ ਪ੍ਰਮਾਤਮਾ ਦੀ ਸਹਿਜੀ ਇਹ ਪ੍ਰਕਿਰਤੀ ਉਹਦੇ ਸਰੀਰ ਨੂੰ ਪੂਰਾ ਕਰ ਦੀਏ ਔਰ ਮੁਕੰਮਲ ਹੋ ਜਾਂਦਾ ਹੈ। 14-15 ਸਾਲ ਤੱਕ ਪੈਰਾਂ ਦੇ ਚੱਲਣ ਦੀ ਸ਼ਕਤੀ ਆ ਗਈ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆ ਗਈ, ਜ਼ਬਾਨ ਵਿੱਚ ਬੋਲਣ ਦੀ ਸ਼ਕਤੀ ਆ ਗਈ ਪੂਰਨ ਤੌਰ ਤੇ, ਬੁੱਧੀ ਪੂਰਨ ਤੌਰ ਤੇ ਸੋਚਣ ਵੀ ਲੱਗ ਪਈ ਔਰ ਦੰਦ ਮਿਲ ਗਏ, ਵਸਤੂ ਨੂੰ ਚਬਾਉਣ ਦਾ ਵੀ ਪੂਰਾ ਬਲ ਮਿਲ ਗਿਆ। ਲੇਕਿਨ ਚੇਤਨਾ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ, ਸ਼ਕਤੀ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਜਦ ਪੂਰਨ ਨਾਲ ਜੁੜਦੀ ਹੈ, ਤੇ ਪੂਰਨ ਪਰਮਾਤਮਾ ਹੈ, ਪੂਰਨ ਈਸ਼ਵਰ ਹੈ। ਕਈ ਦਫ਼ਾ ਬੰਦਾ ਬਾਹਰੋਂ ਪੂਰਾ ਹੋ ਜਾਂਦਾ ਹੈ, ਅੰਦਰੋਂ ਅਧੂਰਾ ਰਹਿ ਜਾਂਦਾ ਹੈ।